ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗੇਲਾ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਜੰਮੂ ਕਸ਼ਮੀਰ ਵਿੱਚ ਅੱਜ ਦੂਜੇ ਪੜਾਅ ਤਹਿਤ 26 ਸੀਟਾਂ ਉੱਤੇ ਹੋਈ ਵੋਟਿੰਗ, ਅਮਨ ਅਮਾਨ ਨਾਲ ਨੇਪਰੇ ਚੜ੍ਹੀ ਵੋਟਿੰਗ ਪ੍ਰਕਿਰਿਆ। ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ 15 ਅਕਤੂਬਰ ਨੂੰ ਹੋਵੇਗੀ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ। 27 ਸਤੰਬਰ ਤੋਂ 4 ਅਕਤੂਬਰ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ, 15 ਅਕਤੂਬਰ ਨੂੰ ਹੀ ਹੋਵੇਗਾ ਨਤੀਜੇ ਦਾ ਐਲਾਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਿਵਾਨੀ ਵਿੱਚ ਆਮ ਆਦਮੀ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਕੀਤੀ ਜਨਸਭਾ, ਕਿਹਾ ਮੁੜ ਤੋਂ ਖੇਤੀ ਕਾਨੂੰਨ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਭਾਜਪਾ, ਲੋਕਾਂ ਨੂੰ ਕੀਤਾ ਸਾਵਧਾਨ। ਤੇ ਹੁਣ ਖਬਰਾਂ ਵਿਸਤਾਰ ਨਾਲ। ਜੰਮੂ ਕਸ਼ਮੀਰ ਵਿੱਚ ਅੱਜ ਦੂਜੇ ਪੜਾਅ ਤਹਿਤ 26 ਸੀਟਾਂ ਉੱਤੇ ਵੋਟਿੰਗ ਹੋਈ ਹੈ। ਇਸ ਪੜਾਅ ਵਿੱਚ ਉਮਰ ਅਬਦੁੱਲਾ ਅਤੇ ਭਾਜਪਾ ਦੇ ਰਵਿੰਦਰ ਰੈਣਾ ਸਮੇਤ 239 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਵੋਟਿੰਗ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਨੂੰ ਵੇਖਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਜੰਮੂ ਕਸ਼ਮੀਰ ਵਿੱਚ ਦੂਜੇ ਪੜਾਅ ਦੀ ਵੋਟਿੰਗ ਵਿੱਚ ਮਹੱਤਵਪੂਰਨ ਸ਼ਮੂਲੀਅਤ ਉੱਤੇ ਲੋਕਾਂ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਇਹ ਇਤਿਹਾਸ ਬਣਨ ਜਾ ਰਿਹਾ ਹੈ। ਚੋਣ ਕਮਿਸ਼ਨਰ ਨੇ ਅੱਗੇ ਕਿਹਾ ਕਿ ਚੋਣ ਕਮਿਸ਼ਨ ਨੂੰ ਖੁਸ਼ੀ ਹੈ ਕਿ ਪੂਰੀ ਵਾਦੀ ਅਤੇ ਜੰਮੂ ਵਿੱਚ ਭਾਰੀ ਜੋਸ਼ ਅਤੇ ਉਤਸ਼ਾਹ ਦੇ ਨਾਲ ਵੋਟਿੰਗ ਹੋਈ ਹੈ। ਉਹਨਾਂ ਕਿਹਾ ਕਿ ਅੱਜ ਲੋਕ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਬਾਹਰ ਆਏ ਨੇ, ਭਾਵੇਂ ਸ੍ਰੀਨਗਰ ਹੋਵੇ ਜਾਂ ਚਨਾਰ ਬਾਗ, ਹਰ ਥਾਂ ਲੋਕ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਏ। ਸੂਬਾ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਉਹਨਾਂ ਦੱਸਿਆ ਕਿ 27 ਸਤੰਬਰ ਤੋਂ 4 ਅਕਤੂਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 7 ਅਕਤੂਬਰ ਰੱਖੀ ਗਈ ਹੈ। ਇਸ ਦੇ ਨਾਲ ਹੀ 15 ਅਕਤੂਬਰ ਨੂੰ ਹੀ ਇਹਨਾਂ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਸੋ 27 ਤੋਂ ਤੁਹਾਡੇ ਨੋਮੀਨੇਸ਼ਨ ਦਾ ਪੀਰੀਅਡ ਸਟਾਰਟ ਹੁੰਦਾ ਹੈ। ਨੋਮੀਨੇਸ਼ਨ ਦਾ ਪੀਰੀਅਡ ਹੈਗਾ 11 ਤੋਂ ਲੈ ਕੇ 3 ਵਜੇ ਤੱਕ ਕਿਸੇ ਵੀ ਆਰ ਓ ਦੇ ਕੋਲ। ਪਹਿਲੀ ਗੱਲ, 4 ਅਕਤੂਬਰ ਇਜ਼ ਦੀ ਲਾਸਟ ਡੇਟ ਫੋਰ ਫਾਈਲਿੰਗ ਨੋਮੀਨੇਸ਼ਨਸ, ਉਹ ਵੀ 3 ਵਜੇ ਤੱਕ। ਆਪਾਂ 11 ਤੋਂ 3 ਹੀ ਕਹਿੰਦੇ, ਆਪਾਂ ਹੁਣ 3 ਵਜੇ ਤੱਕ ਨੋਮੀਨੇਸ਼ਨਸ ਆ ਸਕਦੀਆਂ ਹੈਗੀਆਂ 4 ਤਰੀਕ ਨੂੰ। ਅਗਲੇ ਦਿਨ 5 ਅਕਤੂਬਰ ਨੂੰ ਸਕਰੂਟਨੀ ਹੋਏਗੀ ਆਰ ਓਜ਼ ਵੱਲੋਂ। ਇਸ ਸਕਰੂਟਨੀ ਵਿੱਚ ਦੂਸਰੇ ਕੈਂਡੀਡੇਟਸ ਅਤੇ ਕੋਈ ਅਪੋਜ਼ਿੰਗ ਕੈਂਡੀਡੇਟ ਜਾਂ ਸਾਰੇ ਜੇ ਓਬਜੈਕਸ਼ਨ ਕੋਈ ਕਰਨਾ ਹੈਗਾ, ਉਹ ਸਕਰੂਟਨੀ ਦੇ ਦੌਰਾਨ ਉਹ ਕਰਦੇ ਹੈਗੇ। ਸੋ 5 ਤਰੀਕ ਨੂੰ ਸਕਰੂਟਨੀ ਹੋਏਗੀ ਔਰ 7 ਤਰੀਕ ਨੂੰ, ਕਿਉਂਕਿ 6 ਸੰਡੇ ਹੈ, ਤੋ 7 ਅਕਤੂਬਰ ਨੂੰ ਲਾਸਟ ਡੇਟ ਫੋਰ ਵਿਦਡਰਾਵਲ ਆਫ ਕੈਂਡੀਡੇਟਸ ਇਫ ਐਨੀ। ਕਈ ਵਾਰ ਕੋਈ ਵਿਦਡਰਾਅ ਕਰਦਾ ਹੈਗਾ, ਉਹ 7 ਤਰੀਕ ਤੱਕ ਹੈਗਾ। ਇਹਦਾ ਟਾਈਮਿੰਗ ਵੀ 3 ਵਜੇ ਤੱਕ ਹੈ, ਅਪ ਟੂ 3 PM, 11 to 3। ਠੀਕ ਹੈ ਜੀ। ਇਲੈਕਸ਼ਨ 15 ਅਕਤੂਬਰ 2024 ਨੂੰ ਹੋਣਗੇ ਔਰ ਇਲੈਕਸ਼ਨ ਦੌਰਾਨ ਜਿਹੜੀ ਪੋਲਿੰਗ ਦਾ ਸਮਾਂ ਹੈ ਉਹ ਕਾਨੂੰਨ ਅਨੁਸਾਰ 8 ਘੰਟੇ ਘੱਟੋ ਘੱਟ ਦੇਣੇ ਹੁੰਦੇ ਆ। ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਹੋਵੇਗੀ। ਹਾਂਜੀ, ਸੋ 8 ਤੋਂ 4 ਪੋਲਿੰਗ ਹੋਵੇਗੀ ਔਰ ਪੋਲਿੰਗ ਤੋਂ ਬਾਅਦ ਜਿਵੇਂ ਸਟੈਂਡਰਡ ਪ੍ਰੈਕਟਿਸ ਹੈ, ਕਾਊਂਟਿੰਗ ਜਿਹੜੀ ਹੈਗੀ ਹੈ ਉਸੇ ਪੋਲਿੰਗ ਬੂਥ ਵਿੱਚ ਕੀਤੀ ਜਾਵੇਗੀ। ਹਰਿਆਣਾ ਦੇ ਭਿਵਾਨੀ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਖਦਸ਼ਾ ਜ਼ਾਹਰ ਕੀਤਾ ਕਿ ਭਾਜਪਾ 3 ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੀਜੇਪੀ ਨੇਤਾ ਕੰਗਣਾ ਰਣੌਤ ਨੇ 2 ਦਿਨ ਪਹਿਲਾਂ ਖੇਤੀਬਾੜੀ ਕਾਨੂੰਨ ਨੂੰ ਮੁੜ ਤੋਂ ਲਾਗੂ ਕਰਨ ਸੰਬੰਧੀ ਬਿਆਨ ਦਿੱਤਾ ਸੀ। ਉਹਨਾਂ ਕਿਹਾ ਕਿ ਜਨਤਾ ਭਾਜਪਾ ਦੇ ਮਨਸੂਬਿਆਂ ਨੂੰ ਸਮਝੇ, ਕਿਉਂਕਿ 3 ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਸਖ਼ਤ ਸੰਘਰਸ਼ ਤੋਂ ਬਾਅਦ ਵਾਪਸ ਕਰਵਾਇਆ ਗਿਆ ਸੀ।
ਉਹਨਾਂ ਇਹ ਗੱਲ ਭਿਵਾਨੀ ਦੇ ਹੁੱਡਾ ਸੈਂਟਰਲ ਪਾਰਕ ਗਰਾਊਂਡ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਇੰਦੂ ਸ਼ਰਮਾ ਦੇ ਸਮਰਥਨ ਵਿੱਚ ਜਨਸਭਾ ਨੂੰ ਸੰਬੋਧਨ ਕਰਦਿਆਂ ਕਹੀ। 2 ਸਾਲ ਪਹਿਲੇ ਇਸ ਦੇਸ਼ ਕੇ ਕਿਸਾਨੋਂ ਕਾ ਸਬਸੇ ਬੜਾ ਅੰਦੋਲਨ ਹੁਆ, 75 ਸਾਲ ਮੇਂ ਸਬਸੇ ਬੜਾ ਅੰਦੋਲਨ ਹੁਆ। ਆਪ ਮੇਂ ਸੇ ਵੀ ਬਹੁਤ ਸਾਰੇ ਲੋਕ ਦਿੱਲੀ ਕੇ ਬਾਰਡਰ ਪੇ ਗਏ ਹੋ ਗਏ। ਉਸ ਟਾਈਮ ਮੈਂ ਦਿੱਲੀ ਕਾ ਮੁੱਖ ਮੰਤਰੀ ਥਾ, 13 ਮਹੀਨੇ ਮੈਨੇ ਕਿਸਾਨੋਂ ਕੀ ਸੇਵਾ ਕੀ, ਉਨਕੇ ਲਈ ਪਾਣੀ ਭੇਜਤਾ ਥਾ, ਉਨਕੇ ਲਈ ਖਾਣਾ ਭੇਜਤਾ ਥਾ, ਉਨਕੇ ਲਈ ਜੋ ਮੇਰੇ ਸੇ ਬਨ ਪੜਾ ਮੈਨੇ ਕੀਆ। 750 ਕਿਸਾਨੋਂ ਕੀ ਮੌਤ ਹੋ ਗਈ ਉਸ ਅੰਦੋਲਨ ਕੇ ਅੰਦਰ। ਅੰਤ ਮੇਂ ਮੋਦੀ ਜੀ ਕੋ ਤੀਨੋ ਕਾਨੂੰਨ ਵਾਪਸ ਲੈਣੇ ਪੜੇ, ਲੇਕਿਨ ਇਹ ਇਤਨੇ ਬਦਮਾਸ਼ ਹੈ, ਅਬ ਇਹਨੇ ਫਿਰ ਪਲਾਨ ਬਣਾ ਲਿਆ ਤੀਨੋ ਕਾਨੂੰਨ ਲਾਣੇ ਕਾ। ਅਭੀ ਅਭੀ 2 ਦਿਨ ਪਹਿਲੇ ਇਨਕੀ ਬਹੁਤ ਸੀਨੀਅਰ ਨੇਤਾ ਹੈ ਕੰਗਨਾ ਰਨੌਤ, ਉਸਕਾ ਬਿਆਨ ਆਇਆ ਹੈ ਕਿ ਤੀਨੋ ਕਾਨੂੰਨ ਵਾਪਸ ਆਨੇ ਚਾਹੀਏ। ਮੈਂ ਆਪਸੇ ਪੁੱਛਣਾ ਚਾਹਤਾ ਹੂੰ, ਆਪ ਤੀਨੋ ਕਾਨੂੰਨ ਵਾਪਸ ਚਾਹਤੇ ਹੋ? ਯੇ ਫਿਰ ਸੇ ਪਲਾਨਿੰਗ ਕਰ ਰਹੀ ਹੈ ਬੀਜੇਪੀ, ਇਨਪੇ ਭਰੋਸਾ ਮਤ ਕਰਨਾ ਬਿਲਕੁਲ। ਉਸ ਟਾਈਮ ਚੁਣਾਵ ਕੀ ਇਨਕੋ ਮਜਬੂਰੀ ਥੀ, ਜਿਸਕੀ ਵਜ੍ਹਾ ਸੇ ਇਹਨੋਨੇ ਤੀਨੋ ਕਾਨੂੰਨ ਵਾਪਸ ਲੀਏ ਥੇ। ਅਬ ਯੇ ਤੀਨੋ ਕਾਨੂੰਨ ਵਾਪਸ ਲਾਣੇ ਕੀ ਪਲਾਨਿੰਗ ਕਰ ਰਹੀ ਹੈ। ਵੋਟ ਡਾਲਨੇ ਜਿਸ ਦਿਨ ਜਾਓ, ਉਸ ਦਿਨ ਐਸਾ ਬਟਨ ਦਬਾਨਾ, ਐਸਾ ਬਟਨ ਦਬਾਨਾ ਕਿ ਜ਼ਿੰਦਗੀ ਭਰ ਬੀਜੇਪੀ ਵਾਲੇ ਯਾਦ ਰੱਖੇ ਕਿ ਤੀਨੋ ਕਾਨੂੰਨ ਵਾਪਸ ਨਹੀਂ ਲਾਣੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਸੰਬੰਧੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਹਾਈਕੋਰਟ ਦੇ ਫੈਸਲੇ ਉਪਰੰਤ ਮੁੱਖ ਮੰਤਰੀ ਦਾ ਧੰਨਵਾਦ ਕਰਨ ਲਈ ਪਹੁੰਚੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਵਫਦ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਵਫਦ ਨੇ ਉਹਨਾਂ ਨੂੰ ਕਾਨੂੰਨੀ ਉਲਝਣ ਵਿੱਚੋਂ ਕੱਢਣ ਲਈ ਹਰ ਸੰਭਵ ਯਤਨ ਕਰਨ ਵਾਸਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਹਨਾਂ ਇਸ ਗੱਲ ਉੱਤੇ ਅਫਸੋਸ ਵੀ ਪ੍ਰਗਟਾਇਆ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਦਾ ਕੋਈ ਸਾਥ ਨਹੀਂ ਦਿੱਤਾ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਉਹਨਾਂ ਦੀ ਮਦਦ ਦੇ ਲਈ ਅੱਗੇ ਆਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਮੁੱਚੀ ਭਰਤੀ ਪ੍ਰਕਿਰਿਆ ਲਈ ਸੁਚੱਜੀ ਅਤੇ ਪਾਰਦਰਸ਼ੀ ਵਿਧੀ ਤਿਆਰ ਕੀਤੀ ਗਈ ਹੈ, ਜਿਸ ਸਦਕਾ ਹੁਣ ਤੱਕ 45,000 ਤੋਂ ਵੱਧ ਨਿਯੁਕਤੀਆਂ ਕੀਤੀਆਂ ਗਈਆਂ ਨੇ ਅਤੇ ਇਹਨਾਂ ਨਿਯੁਕਤੀਆਂ ਵਿੱਚੋਂ ਇੱਕ ਵੀ ਨਿਯੁਕਤੀ ਨੂੰ ਕਿਸੇ ਵੀ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਮਾਣ ਵਾਲੀ ਗੱਲ ਹੈ ਕਿ ਇਹਨਾਂ ਨੌਜਵਾਨਾਂ ਨੂੰ ਨਿਰੋਲ ਯੋਗਤਾ ਦੇ ਆਧਾਰ ਉੱਤੇ ਨੌਕਰੀ ਦਿੱਤੀ ਗਈ ਹੈ। ਇਸ ਦੌਰਾਨ ਲਾਇਬ੍ਰੇਰੀਅਨ ਫਰੰਟ ਦੇ ਇੱਕ ਮੈਂਬਰ ਨੇ ਮੁੱਖ ਮੰਤਰੀ ਦਾ ਉਹਨਾਂ ਦੇ ਮਕਸਦ ਵਿੱਚ ਸੁਹਿਰਦਤਾ ਦੇ ਨਾਲ ਸਾਥ ਦੇਣ ਲਈ ਧੰਨਵਾਦ ਕੀਤਾ ਹੈ। ਅੱਜ ਪੰਜਾਬ ਸਰਕਾਰ ਵਿੱਚ ਨਵੇਂ ਬਣੇ ਕੈਬਨਿਟ ਮੰਤਰੀ ਮਹਿੰਦਰ ਭਗਤ, ਜੋ ਕਿ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਰਕਰ ਵੀ ਮੌਜੂਦ ਰਹੇ। ਉਹਨਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਲੋਕ ਸੇਵਾ ਕਰਨਗੇ। ਮੈਂ ਬਹੁਤ ਹੀ ਭਾਗਾਂ ਵਾਲਾ ਵਾਂ ਕਿ ਮੈਨੂੰ ਅੱਜ ਸ੍ਰੀ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਦੇ ਵਿੱਚ ਆ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਔਰ ਮੈਂ ਬਹੁਤ ਹੀ ਖੁਸ਼ ਹਾਂ ਔਰ ਮੈਂ ਇੱਥੇ ਆ ਕੇ ਗੁਰੂ ਘਰ ਸੀਸ ਝੁਕਾਇਆ ਹੈ। ਮੈਨੂੰ ਬਹੁਤ ਹੀ ਸਤਿਕਾਰਯੋਗ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ, ਉਹਦੇ ਨਾਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਆਪਣੀ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਜੋ ਮੈਨੂੰ ਬਣਾਇਆ ਹੈ। ਸੋ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਆਇਆ ਹਾਂ। ਸੋ ਮੇਰੇ ਨਾਲ ਸਾਰੇ ਸਾਥੀ ਆਏ ਹਨ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਜਦੋਂ ਵੀ ਕੋਈ ਅੱਛਾ ਕੰਮ ਦੀ ਸ਼ੁਰੂਆਤ ਕਰਨੀ ਹੋਏ ਤਾਂ ਗੁਰੂ ਘਰ ਦੀ ਓਟ ਲੈਣੀ ਚਾਹੀਦੀ ਹੈ।
ਸੋ ਮੈਂ ਅੱਜ ਗੁਰੂ ਘਰ ਦੀ ਵੋਟ ਲੈਣ ਲਈ ਆਇਆ ਹਾਂ ਔਰ ਮੇਰੇ ਨਾਲ ਸਾਰੇ ਸਾਥੀ ਆਏ ਹਨ। ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਔਰ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਨਾ ਪਰਮਪਿਤਾ ਪਰਮਾਤਮਾ ਅੱਗੇ ਮੈਨੂੰ ਸ਼ਕਤੀ ਦੇਣ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਨਤਾ ਦੀ ਔਰ ਜਿੰਨੇ ਵੀ ਜਿਹਨਾਂ ਲੋਕਾਂ ਨੂੰ ਕੋਈ ਵੀ ਮੇਰੇ ਪ੍ਰਤੀ ਕੋਈ ਲੋੜ ਹੋਏ, ਕੋਈ ਮੇਰੇ ਪ੍ਰਤੀ ਕੋਈ ਕੰਮ ਹੋਏ, ਮੈਂ ਉਹਦੇ ਕੰਮ ਕਰ ਸਕਾਂ। ਔਰ ਇਹ ਜੋ ਭਲਾਈ ਦਾ ਕੰਮ ਹੈ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਸੁਪਨਾ ਲਿਆ ਹੈ ਕਿ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ, ਸੋ ਮੈਂ ਉਹਦੇ ਵਿੱਚ ਸਹਿਯੋਗ ਕਰਾਂਗਾ ਔਰ ਮੈਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਖੂਬਸੂਰਤੀ, ਪੰਜਾਬ ਦਾ ਭਾਈਚਾਰਾ ਜੋ ਸਾਡੀ ਪਹਿਚਾਣ ਹੈ ਪੰਜਾਬੀਅਤ ਦੀ, ਉਹਦੇ ਵਿੱਚ ਮੈਂ ਪੂਰਾ ਸਹਿਯੋਗ ਪਾਉਣ ਦਾ ਕੋਸ਼ਿਸ਼ ਕਰਾਂਗਾ ਔਰ ਬਹੁਤ ਜਲਦੀ ਪੰਜਾਬ ਰੰਗਲਾ ਪੰਜਾਬ ਬਣੇਗਾ, ਐਸੀ ਮੈਂ ਕਾਮਨਾ ਕਰਦਾ ਹਾਂ। ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਵਿੱਚ ਵਾਈਸ ਚਾਂਸਲਰ ਅਤੇ ਵਿਦਿਆਰਥਣਾਂ ਵਿਚਾਲੇ ਚੱਲ ਰਿਹਾ ਵਿਵਾਦ ਭਖਦਾ ਜਾ ਰਿਹਾ ਹੈ। ਇਸ ਦਰਮਿਆਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਪਿਛਲੇ ਕੁਝ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ। ਚੇਅਰਪਰਸਨ ਨੇ ਕਿਹਾ ਕਿ ਵਿਦਿਆਰਥਣਾਂ ਦੇ ਦੱਸਣ ਮੁਤਾਬਕ ਜੋ ਗਲਤ ਗੱਲਾਂ ਹੋਈਆਂ ਨੇ ਉਸ ਦਾ ਜਵਾਬ ਮੰਗਿਆ ਜਾਵੇਗਾ ਕਿਉਂਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਉਹਨਾਂ ਨੇ ਇਸ ਦੌਰਾਨ ਵਾਈਸ ਚਾਂਸਲਰ ਅਤੇ ਮਹਿਲਾ ਫੈਕਲਟੀ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ। ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਕਿਸੇ ਵੀ ਕੀਮਤ ਉੱਤੇ ਖਰਾਬ ਨਹੀਂ ਹੋਣੀ ਚਾਹੀਦੀ। ਚੇਅਰਪਰਸਨ ਨੇ ਅੱਗੇ ਕਿਹਾ ਕਿ ਇੱਕ ਕਮੇਟੀ ਬਣਾਈ ਜਾਵੇਗੀ ਜੋ ਮਾਮਲੇ ਦੀ ਜਾਂਚ ਕਰੇਗੀ, ਵਿਦਿਆਰਥੀ ਆਪਣੇ ਨੁਮਾਇੰਦੇ ਚੁਣਨਗੇ ਅਤੇ ਅਸੀਂ ਦੋਹਾਂ ਪੱਖਾਂ ਨੂੰ ਸੁਣਾਂਗੇ ਜਿਸ ਤੋਂ ਬਾਅਦ ਫੈਸਲਾ ਲਵਾਂਗੇ। ਜਿਸਕਾ ਜੋ ਵੀ ਕੋਈ ਪ੍ਰੋਬਲਮ ਹੈ ਉਹ ਮੈਨੂੰ ਬਤਾ ਸਕਦੇ ਹੈ ਔਰ ਮੈਂ ਆਪਕੋ ਅਸ਼ੋਰ ਕਰਤੀ ਹੂੰ ਕਿ ਮੈਂ ਆਪਕੇ ਸਾਥ ਹੂੰ ਔਰ ਮੈਂ ਮਾਨਤੀ ਹੂੰ ਕਿ ਗਲਤੀਆਂ ਹੋਈ ਹੈ, ਠੀਕ ਹੈ। ਜੋ ਗਲਤੀਆਂ ਹੋਈ ਹੈ ਉਹ ਜੋ ਹੈ ਉਹ ਕਾਫੀ ਪ੍ਰੋਨਾਊਂਸ ਹੈ, ਛੋਟਾ ਨਹੀਂ ਹੈ, ਕਾਫੀ ਪ੍ਰੋਨਾਊਂਸ ਹੈ। ਅਗਰ ਆਪ ਗਰਲਸ ਹੋਸਟਲ ਮੇਂ ਵਿਦਾਊਟ ਅਨਾਊਂਸਿੰਗ, ਵਿਦਾਊਟ ਟੈਲਿੰਗ ਆਪ ਗਰਲਸ ਹੋਸਟਲ ਮੇਂ ਜਾਤੇ ਹੈ ਤੋ ਪਹਿਲੀ ਬਾਤ ਤੋ ਗਰਲਸ ਅਵੇਅਰ ਨਹੀਂ ਹੈ ਕਿ ਆਪ ਆ ਰਹੇ ਹੋ ਵਹਾਂ ਪੇ, ਔਰ ਸੈਕਿੰਡਲੀ ਗਰਲਸ ਨੇ ਆਪਣੇ ਰੂਮਸ ਕੇ ਅੰਦਰ ਕਿਆ ਡਰੈਸ ਕੋਡ ਡਾਲਾ ਹੈ, ਨਹੀਂ ਕੈਸਾ ਕੀਆ ਹੈ, ਉਹ ਉਨਕੀ ਮਰਜ਼ੀ ਹੈ, ਆਪ ਕਿਸੀ ਕੇ ਡਰੈਸ ਕੋਡ ਕੇ ਉੱਪਰ ਕੋਈ ਕਮੈਂਟ ਨਹੀਂ ਕਰ ਸਕਦੇ। ਯੇ ਗਲਤੀਆਂ ਹੋਈ ਹੈ ਔਰ ਇਸ ਬਾਤ ਕੋ ਮੈਂ ਬਿਲਕੁਲ ਮਾਨਤੀ ਹੂੰ ਇਸ ਚੀਜ਼ ਕਾ, ਬਟ ਮਾਈ ਪੁਆਇੰਟ ਇਜ਼ ਓਨਲੀ ਵਨ ਦੈਟ ਦ ਮਿਸਟੇਕਸ ਵਟ ਹੀ ਹੈਜ਼ ਮੇਡ ਇਜ਼ I have already addressed that. Yes, these are the mistakes. He cannot question you on your dress code. He cannot make certain remarks which that girl said other that they the kind of remarks he has made. Totally, I'm very sorry about it. I'm very sorry to hear this. But I also want that you people should not suffer from any kind of your loss in studies or anything like that. I am ready. You tell me what should I play a role so that you people are satisfied and we can resolve. Don't take it that I am here to represent the VC or represent anybody else. I am with you. You can tell me, okay, let's go this way. We will go that way. ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰੈਜ਼ੀਡੀਅਮ ਦੇ ਮੈਂਬਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ 24 ਸਤੰਬਰ ਨੂੰ ਪਿੰਡ ਔੜਾ ਵਿੱਚ ਪੰਥਕ ਇਕੱਠ ਵਿੱਚ ਪਹੁੰਚਣ ਵਾਲੀ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਗਮ ਨੇ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਉਹਨਾਂ ਕਿਹਾ ਕਿ ਦੂਜੇ ਧੜੇ ਨੇ ਵੀ ਬਰਾਬਰ ਸਮਾਗਮ ਕੀਤਾ ਪਰ ਸੰਗਤ ਜ਼ਿਆਦਾ ਉਹਨਾਂ ਦੇ ਸਮਾਗਮ ਵਿੱਚ ਪਹੁੰਚੀ। ਇਸ ਮੌਕੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ, ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਜਸਵਿੰਦਰਪਾਲ ਸਿੰਘ ਚੱਡਾ ਅਤੇ ਜਤਿੰਦਰ ਸਿੰਘ ਪਹਾੜੀਪੁਰ ਮੌਜੂਦ ਸਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਚਾਇਤੀ ਚੋਣ ਦੇ ਐਲਾਨ ਵਿੱਚ ਸਾਰੇ ਨਿਯਮਾਂ ਨੂੰ ਛਿੱਕੇ ਢੰਗ ਦਿੱਤਾ ਹੈ। ਕੱਲ੍ਹ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੀ ਜਿਹੜੀ
ਪਹਿਲੀ ਸ਼ਤਾਬਦੀ ਸੀ ਉਹਦੇ ਲਾਮਿਸਾਲ ਜਿਹੜਾ ਇਕੱਠ ਹੋਇਆ ਉਹਦੇ ਲਈ ਜਿੱਥੇ ਅਸੀਂ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ। ਮੈਂ ਕਹਿ ਸਕਦਾ ਵੀ ਕੱਲ੍ਹ ਦੇ ਇਕੱਠ ਨੇ ਇੱਕ ਨਵੀਂ ਦਿਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਨੂੰ ਦਿੱਤੀ ਆ। ਅਤੇ ਦੂਜੀ ਗੱਲ ਮੈਂ ਸਮਝਦਾ ਵੀ ਹਾਲਾਂਕਿ ਅਸੀਂ ਕੋਈ ਮੁਕਾਬਲਾ ਨਹੀਂ ਸੀ ਇਕੱਠਾਂ ਦਾ ਕੀਤਾ, ਪਰ ਬਦੋ ਬਦੀ ਜਿਹੜਾ ਮੁਕਾਬਲਾ ਇੱਕ ਕੁਝ ਵਿਅਕਤੀਆਂ ਨੇ ਸ਼੍ਰੀ ਦੁਖਨਿਵਾਰਨ ਸਾਹਿਬ ਇਕੱਠ ਰੱਖ ਕੇ ਜਿੱਥੇ ਐਡਾ ਮਹਾਨ ਸਮਾਗਮ ਸੀਗਾ, ਸੌਵੀਂ ਜਿਹੜੇ ਜਨਮ ਦਿਨ ਦਾ ਸਮਾਗਮ ਸੀਗਾ, ਇਹ ਉਸ ਰੰਗ ਦੇ ਵਿੱਚ ਭੰਗ ਪਾਉਣ ਦੀ ਕੋਸ਼ਿਸ਼ ਕੀਤੀ। ਮੈਂ ਕਹਿ ਸਕਦਾ ਜਿਸ ਸੰਸਥਾ ਦੇ ਟੌੜਾ ਸਾਹਿਬ ਸਭ ਤੋਂ ਲੰਬਾ ਸਮਾਂ ਪ੍ਰਧਾਨ ਰਹੇ, ਉਸ ਸੰਸਥਾ ਦੇ ਹੈੱਡ ਆਫਿਸ ਦੇ ਉੱਤੇ ਇਹ ਸਮਾਗਮ ਹੋਣਾ ਚਾਹੀਦਾ ਸੀ ਜਾਂ ਉਹਨਾਂ ਦੇ ਪਿੰਡ ਹੋਣਾ ਚਾਹੀਦਾ ਸੀ, ਪਰ ਕੇਵਲ ਮੁਕਾਬਲੇ ਦੇ ਲਈ ਇਹ ਸਮਾਗਮ ਦੁਖਨਿਵਾਰਨ ਸਾਹਿਬ ਕੀਤਾ ਗਿਆ। ਜਦੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਤੇ ਟੌੜਾ ਸਾਹਿਬ ਦੇ ਪਰਿਵਾਰ ਨੇ ਉਹਨਾਂ ਦੇ ਨਗਰ ਨੇ ਪਿੰਡ ਟੌੜਾ ਦੇ ਵਿੱਚ ਪ੍ਰੋਗਰਾਮ ਕਰਨ ਦਾ ਅਨਾਊਂਸਮੈਂਟ ਕਰ ਦਿੱਤੀ ਸੀ, ਪਰ ਮੈਂ ਸਮਝਦਾ ਜਿਹੜੇ ਮੁਕਾਬਲੇ ਦੇ ਵਿੱਚ ਇਕੱਠ ਰੱਖ ਕੇ ਇਹਨਾਂ ਇਕੱਠਾਂ ਦਾ ਮੁਕਾਬਲਾ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਵੀ ਮੈਂ ਸਮਝਦਾ ਹੁਣ ਇਹ ਤਸਵੀਰ ਸਪਸ਼ਟ ਹੋ ਜਾਣੀ ਚਾਹੀਦੀ ਆ ਵੀ ਖਾਲਸਾ ਪੰਥ ਕੀ ਸੋਚਦਾ। ਤੁਸੀਂ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਜ਼ਬਰੀ ਛੁੱਟੀਆਂ ਕਰਕੇ ਉਹਨਾਂ ਨੂੰ ਡਰਾ ਕੇ ਇਹ ਕਹਿ ਕੇ ਵੀ ਤੁਹਾਡੀਆਂ ਹਾਜ਼ਰੀਆਂ ਐਨ ਕੇ ਸ਼ਰਮੇ ਵਰਗੇ ਵਿਅਕਤੀ ਕੋਲ ਲੱਗਣਗੀਆਂ, ਉਹਦੇ ਅਧੀਨ ਉਹਨਾਂ ਮੁਲਾਜ਼ਮਾਂ ਨੂੰ ਕਰਤੇ ਆ, ਇਸ ਤਰੀਕੇ ਨਾਲ ਇਕੱਠ ਕਰਨ ਦੀ ਤੁਸੀਂ ਕੋਸ਼ਿਸ਼ ਕਰੋ। ਮੈਂ ਸਮਝਦਾ ਉਹ ਵੀ ਉਸ ਸੰਸਥਾ ਦੇ ਮੁਲਾਜ਼ਮਾਂ ਦਾ, ਜਿਸ ਸੰਸਥਾ ਦਾ ਲੰਬਾ ਸਮਾਂ ਟੌੜਾ ਸਾਹਿਬ ਨੂੰ ਪ੍ਰਧਾਨ ਰਹਿਣ ਦਾ ਮਾਣ ਹਾਸਲ ਹੋਇਆ, ਇਹ ਆਪਣੇ ਆਪ ਤੋਂ ਮਿਆਰ ਤੋਂ ਗਿਰੀ ਹੋਈ ਇੱਕ ਬਹੁਤ ਡਿੱਗੀ ਹੋਈ ਗੱਲ ਸੀਗੀ। ਪਰ ਮੈਂ ਸਮਝਦਾ ਕੱਲ੍ਹ ਦੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਖਾਲਸਾ ਪੰਥ ਦੀ ਸੋਚ ਕੀ ਆ, ਖਾਲਸਾ ਪੰਥ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੋਂ ਕੀ ਆਸ ਰੱਖਦਾ। ਸੋ ਅਸੀਂ ਜਿੱਥੇ ਸਾਰੇ ਸੰਗਤ ਦਾ ਧੰਨਵਾਦ ਕਰਦੇ ਹਾਂ, ਉੱਥੇ ਹਾਜ਼ਰ ਜਿੰਨੇ ਆਗੂ ਸਾਹਿਬਾਨ ਉੱਥੇ ਪਹੁੰਚੇ ਉਹਨਾਂ ਦਾ ਵੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਉਚੇਚੇ ਤੌਰ ਦੇ ਉੱਤੇ ਜਿਹੜਾ ਹੈਗਾ ਧੰਨਵਾਦ ਕਰਦੇ ਹਾਂ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਲੰਗਰ ਹਾਲ ਦੇ ਸਾਹਮਣੇ ਬਣ ਰਹੀ NRI ਯਾਤਰੀ ਨਿਵਾਸ ਦੀ ਦੂਜੀ ਮੰਜ਼ਿਲ ਦਾ ਪਹਿਲਾ ਲੈਂਟਰ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਾਇਆ ਗਿਆ। ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਅਤੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ ਵੱਲੋਂ 5 ਪੌੜੀ ਆਨੰਦ ਸਾਹਿਬ ਦੇ ਪਾਠ ਕੀਤੇ ਗਏ, ਉਪਰੰਤ ਗਿਆਨੀ ਬਲਦੇਵ ਸਿੰਘ ਵੱਲੋਂ ਅਰਦਾਸ ਬੇਨਤੀ ਕਰਕੇ ਲੈਂਟਰ ਪਾਉਣ ਦੀ ਆਰੰਭਤਾ ਕੀਤੀ ਗਈ। ਇਸ ਲੈਂਟਰ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨੇ ਆ ਕੇ ਸੇਵਾ ਕੀਤੀ, ਕਾਲ ਸੇਵਾ ਪੂਰੀ ਵਾਲਿਆਂ ਵੱਲੋਂ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ ਦਰਸ਼ਨ ਕਰਨ ਆਈਆਂ ਸੰਗਤਾਂ ਲਈ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਆਪ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਸੰਪਰਦਾਇਕ ਕਾਰ ਸੇਵਾ ਭੂਰੀ ਵਾਲੇ ਜਥੇਦਾਰ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਤਖ਼ਤ ਸਾਹਿਬ ਵਿਖੇ ਮਾਤਾ ਸੁੰਦਰੀ ਜੀ NRI ਯਾਤਰੀ ਨਿਵਾਸ ਦੀ ਜਿਹੜੀ ਉਸਾਰੀ ਚੱਲ ਰਹੀ ਹੈ, ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਸਦਕਾ ਅੱਜ ਇਸਦਾ ਜਿਹੜਾ ਦੂਜੀ ਮੰਜ਼ਿਲ ਦਾ ਲੈਂਟਰ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਕੇ ਅਤੇ ਸਾਰੇ ਪ੍ਰਬੰਧਕਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਵਾ ਇਹ ਸ਼ੁਰੂ ਕੀਤਾ ਗਿਆ। ਗੁਰੂ ਸਾਹਿਬ ਕਿਰਪਾ ਕਰਨ, ਬਾਕੀ ਜੋ ਕਾਰਜ ਨੇ ਉਹ ਹਿੰਮਤ ਬਖਸ਼ ਕੇ ਬਲ ਬਖਸ਼ ਕੇ ਜਿਹੜੇ ਨੇ ਉਹ ਸੇਵਾ ਕਰਵਾਉਣ ਅਤੇ ਸਰਬੱਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਚੱਲ ਰਹੀ ਸੇਵਾ ਵਿੱਚ ਤਨ ਮਨ ਧਨ ਦਾ ਜਿਹੜਾ ਸਹਿਯੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ
ਪ੍ਰਾਪਤ ਕਰੋ ਜੀ। ਪੂਰਨ ਨਾਮ ਬਾਣੀ ਦੇ ਰਸੀਏ ਪੂਰਨ ਬ੍ਰਹਮ ਗਿਆਨੀ ਜਤੀ ਸਤੀ ਮਹਾਂਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਜਿਨ੍ਹਾਂ ਦੇ ਉੱਪਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤ੍ਰਿਪਤ ਕਰਕੇ ਪ੍ਰਸੰਨ ਹੋ ਕਰਕੇ ਆਪ ਆਪਣੇ ਪਵਿੱਤਰ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕਾਰ ਸੇਵਾ ਬਖਸ਼ੀ ਹੋਈ ਹੈ। ਸੋ ਮਹਾਂਪੁਰਸ਼ ਪੂਰਨ ਗੁਰੂ ਘਰ ਨੂੰ ਸਮਰਪਿਤ ਹੋ ਕਰਕੇ ਕਈ ਸਾਲਾਂ ਤੋਂ ਲੈ ਕਰਕੇ ਲਗਾਤਾਰ ਇੱਥੇ ਪਾਵਨ ਪਵਿੱਤਰ ਅਸਥਾਨ 'ਤੇ ਸੇਵਾ ਨਿਭਾ ਰਹੇ ਨੇ। ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ, ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਠੀਕ ਪਿੱਛੇ ਮਾਤਾ ਸੁੰਦਰੀ ਜੀ ਇਨਾਰਾਇ ਨਿਵਾਸ ਦੀ ਦੂਜੀ ਮੰਜ਼ਿਲ ਦੀ ਅੱਜ ਲੈਂਟਰ ਪਈ ਹੈ। ਸੋ ਚੜ੍ਹਦੀ ਕਲਾ ਚੈਨਲ ਤੋਂ ਅਤੇ ਜਨਹਿਤ ਚੈਨਲ ਦੇ ਮਾਧਿਅਮ ਤੋਂ ਦਾਸ ਬੇਨਤੀ ਕਰਨਾ ਚਾਹੁੰਦਾ ਹੈ ਵੀ ਇਸ ਪਾਵਨ ਪਵਿੱਤਰ 'ਤੇ ਅਸਥਿਰ ਸਿੱਖ ਸੰਗਤਾਂ ਹੁੰਮ ਹੁਮਾ ਕਰਕੇ ਪਹੁੰਚਣ ਅਤੇ ਇੱਥੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਗੁਰੂ ਘਰ ਦੇ ਵਿੱਚ ਅਤੇ ਇਸ ਕਾਰ ਸੇਵਾ ਦੇ ਵਿੱਚ ਮਾਇਆ ਦਾ ਹਿੱਸਾ ਪਾ ਕਰਕੇ ਗੁਰੂ ਘਰ ਦੇ ਖੁਸ਼ੀਆਂ ਦੇ ਪਾਤਰ ਬਣਨ। ਦਸ਼ਮੇਸ਼ ਪਿਤਾ ਸਤਿਗੁਰੂ ਪਰਉਪਕਾਰੀ ਪੰਥ ਦੀਵਾਲੀ ਅੰਮ੍ਰਿਤ ਕੇ ਦਾਤੇ ਸ਼ਾਹੇ ਸ਼ਹਿਨਸ਼ਾਹ ਗਰੀਬ ਨਿਵਾਜ ਸਤਿਗੁਰੂ ਸੱਚੇ ਸਤਿਗੁਰਾਂ ਦੇ ਅਵਤਾਰ ਧਾਰਨ ਪ੍ਰਕਾਸ਼ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਪਵਿੱਤਰ ਪਾਵਨ ਤਖ਼ਤ ਅਸਥਾਨ ਵਿਖੇ ਸੰਗਤ ਦੀ ਸਹੂਲੀਅਤ ਨੂੰ ਮੁੱਖ ਰੱਖਦਿਆਂ ਹੋਇਆਂ ਕਾਰ ਸੇਵਾ ਸੰਪਰਦਾਇ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਂਪੁਰਖ ਬਾਬਾ ਜੀ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਜੀ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਗੁਰਵਿੰਦਰ ਸਿੰਘ ਜੀ ਤਥਾ ਸਮੂਹ ਨੇਮੀ ਪ੍ਰੇਮੀ ਸੇਵਾਦਾਰ ਜਥੇਦਾਰ ਸੋ ਸਾਰਿਆਂ ਵੱਲੋਂ ਸਮੁੱਚੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਔਰ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਧੰਨ ਧੰਨ ਮਾਤਾ ਸੁੰਦਰੀ ਜੀ NRI ਯਾਤਰੀ ਨਿਵਾਸ। ਦਾਸ ਨੇ ਇੱਕ ਵਾਰੀ ਕਥਾ ਦੇ ਦੌਰਾਨ ਵੀ ਬੇਨਤੀ ਕੀਤੀ ਸੀ ਵੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਸਮਾਵਨ ਤੋਂ ਬਾਅਦ ਮਾਤਾ ਸੁੰਦਰੀ ਜੀ 2 ਸਾਲ ਪਟਨਾ ਸਾਹਿਬ ਜੀ ਵਿਖੇ ਬਿਰਾਜਮਾਨ ਰਹੇ ਨੇ ਅਤੇ ਇੱਥੋਂ ਪੰਥ ਦੀ ਅਗਵਾਈ ਕੀਤੀ ਹੈ। ਮਾਤਾ ਸੁੰਦਰੀ ਜੀ ਸਾਹਿਬ ਜੀ ਦੇ ਨਾਮ 'ਤੇ ਕੋਈ ਵੀ ਅਸਥਾਨ ਕੋਈ ਵੀ ਬਿਲਡਿੰਗ ਮੌਜੂਦ ਨਹੀਂ ਸੀ। ਸਾਲਸਰਾਏ ਜੋਰੀ ਜੀ ਸਾਹਿਬ ਜੀ ਦੇ ਨਾਮ 'ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ 'ਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਸਾਹਿਬ ਜੀ ਦੇ ਨਾਮ 'ਤੇ ਬੇਅੰਤ ਅਸਥਾਨ ਅਤੇ ਬਿਲਡਿੰਗਾਂ ਮੌਜੂਦ ਸਨ। ਇਹ ਮਹਾਂਪੁਰਖਾਂ ਨੇ ਮਾਤਾ ਸੁੰਦਰੀ ਜੀ NRI ਯਾਤਰੀ ਨਿਵਾਸ ਪੰਥ ਦੇ ਮਾਤਾ ਜੀ ਉਹਨਾਂ ਦੇ ਨਾਮ 'ਤੇ ਪ੍ਰਾਰੰਭ ਕੀਤੀ। ਅੱਜ ਗਰੀਬ ਨਿਵਾਸ ਜੀ ਦੀ ਕਿਰਪਾ ਹੋਈ, ਬਹੁਤ ਵੱਡੀ ਬਖਸ਼ਿਸ਼ ਹੋਈ ਹੈ ਕਿ ਸਤੰਬਰ ਮਹੀਨੇ ਦੀ 24 ਤਰੀਕ ਨੂੰ ਅੱਜ ਸੋ ਦੂਸਰੀ ਮੰਜ਼ਿਲ ਦੇ ਲੈਂਟਰ ਪਏ ਨੇ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਔਰ ਵਿਸ਼ੇਸ਼ ਕਰਕੇ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਕਸ਼ਮੀਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੀ ਜਗ੍ਹਾ 'ਤੇ ਸੋ ਲੈਂਟਰ ਪਾਉਣ ਵਾਸਤੇ ਆਏ ਨੇ। ਸਾਰੀ ਸੰਗਤ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ। ਜਿਤਨੇ ਵੀ ਮਾਈ ਭਾਈ ਆਪ ਜੀ ਸਰਵਣ ਕਰ ਰਹੇ ਹੋ ਮਨ ਕਰਕੇ ਤਨ ਕਰਕੇ ਧੰਨ ਕਰਕੇ ਇਹ ਸੇਵਾ ਦੇ ਵਿੱਚ ਬਣਦਾ ਯੋਗਦਾਨ ਆਪਣੀ ਸੇਵਾ ਹਾਜ਼ਰ ਕਰੋ, ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਭਵ ਲਿਓ ਦਸ਼ਮੇਸ਼ ਪਿਤਾ ਨੀਲੇ ਦੇ ਸ਼ਾਹ ਸਵਾਰ ਕਲਗੀਆਂ ਵਾਲੇ ਬਾਜਾਂ ਵਾਲੇ ਫੌਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਿਨ ਪ੍ਰਤੀ ਦਿਨ ਸੰਗਤਾਂ ਦਾ ਹਜ਼ੂਮ ਵੱਧਦਾ ਜਾ ਰਿਹਾ ਹੈ ਔਰ ਵੱਧਦੀ ਆਮਦ ਨੂੰ ਦੇਖਦਿਆਂ ਸੰਗਤ ਦੀ ਗੁਰਦੁਆਰਾ ਤਖ਼ਤ ਸ਼੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਜਗਜੋਤ ਸਿੰਘ ਜੀ ਸੋਹੀ
ਜਨ ਸਕੱਤਰ ਸਰਦਾਰ ਇੰਦਰਜੀਤ ਸਿੰਘ ਜੀ, ਮੀਤ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਜੀ ਅਤੇ ਹਰਬੰਸ ਸਿੰਘ ਜੀ ਸੈਕਟਰੀ ਜੀ ਅਤੇ ਹੋਰ ਵੀ ਅਹੁਦੇਦਾਰ ਸਹਿਬਾਨਾਂ ਵੱਲੋਂ ਬਹੁਤ ਵੱਡੇ ਉਪਰਾਲੇ ਸੰਗਤ ਦੀ ਵਾਧੀ ਆਮਦ ਨੂੰ ਦੇਖਦੇ ਕੀਤੇ ਜਾ ਰਹੇ ਹਨ। ਇੱਥੇ ਬਹੁਤ ਹੀ ਖੁਸ਼ੀ ਦੀ ਗੱਲ ਹੈ, ਅੱਜ ਜੋ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਉਹਨਾਂ ਵੱਲੋਂ ਸਤਿਗੁਰੂ ਮਹਾਰਾਜ ਜੀ ਦੇ ਇਸ ਮਹਾਨ ਤਖਤ ਦੀ ਜੋ ਸੇਵਾ ਹੈ ਉੱਥੇ NRI ਯਾਤਰੀ ਨਿਵਾਸ ਬਣਾਉਣ ਲਈ ਅੱਗੇ ਵੱਧ ਕੇ ਲਈ ਗਈ ਸੀ ਔਰ ਥੋੜ੍ਹੇ ਸਮੇਂ ਵਿੱਚ ਤਕਰੀਬਨ 1.5 ਸਾਲ ਵਿੱਚ ਹੀ ਜੋ ਕਿ ਲੈਂਟਰ ਨੂੰ ਬਾਰੀ ਹਰੇਕ ਮਹੀਨੇ ਲੈਂਟਰ ਜਿਹੜਾ ਹੈਗਾ ਉਹ ਇੱਥੇ NRI ਯਾਤਰੀ ਨਿਵਾਸ ਦਾ ਪੈਂਦਾ ਅਤੇ ਪਹਿਲਾਂ ਖੁਦਾਈ ਹੋਈ, ਖੁਦਾਈ ਦੇ ਦੌਰਾਨ ਫਿਰ ਪੈਲਿੰਗ ਕਰਨ ਤੋਂ ਬਾਅਦ ਤਕਰੀਬਨ ਬਹੁਤਾ ਨਹੀਂ ਤਾਂ 1.5 ਸਾਲ ਦੇ ਵਿੱਚ 3 ਮੰਜ਼ਿਲਾਂ ਜਿਹੜੀਆਂ ਲੈਂਟਰ ਦੀਆਂ ਪੈ ਚੁੱਕੀਆਂ। ਅੱਜ 3ਰੀ ਮੰਜ਼ਿਲ ਜਿਹੜੀ ਹੈ ਇਸ ਦਾ ਲੈਂਟਰ ਵਾਸਤੇ ਅਰਦਾਸ ਕਰਨ ਲਈ ਸਿੰਘ ਸਾਹਿਬ ਜੀ, ਜਥੇਦਾਰ ਗਿਆਨੀ ਬਲਦੇਵ ਸਿੰਘ ਜੀ, ਸਮੁੱਚੇ 5 ਪਿਆਰੇ ਸਹਿਬਾਨ ਨਾਲ ਪਹੁੰਚੇ ਹਨ ਔਰ ਉਹਦੇ ਨਾਲ ਹੀ ਕਾਰ ਸੇਵਾ ਪਟਿਆਲੇ ਵਾਲੇ ਮਹਾਂਪੁਰਖ, ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖਾਂ ਨੇ ਵੀ ਸ਼ਿਰਕਤ ਕੀਤੀ ਹੈ। ਇਸ ਮੌਕੇ 'ਤੇ ਮਹਾਂਪੁਰਖਾਂ ਵੱਲੋਂ ਸੰਤ ਬਾਬਾ ਸੁਖਵਿੰਦਰ ਸਿੰਘ ਜੀ, ਬਾਬਾ ਸੁੱਖਾ ਜੀ ਵੱਲੋਂ ਆਏ ਸੰਤ ਮਹਾਂਪੁਰਸ਼ਾਂ ਦਾ ਸਭ ਦਾ ਧੰਨਵਾਦ ਕੀਤਾ ਅਤੇ ਬੜੀ ਖੁਸ਼ੀ ਦੇ ਨਾਲ ਸਾਰੀਆਂ ਸੰਗਤਾਂ ਨੇ ਅਰਦਾਸ ਵਿੱਚ ਸ਼ਾਮਲ ਹੋ ਕੇ ਇਸ ਵਿੱਚ ਸੇਵਾ ਨਿਭਾਈ ਹੈ। ਸੰਗਤਾਂ ਨੂੰ ਬੇਨਤੀ ਕਰਦੇ ਹਾਂ ਭਾਈ 4, 5, 6 ਜਨਵਰੀ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਆ ਰਹੇ ਹਨ, ਉਹ ਤੋਂ ਪਹਿਲਾਂ ਸਾਰੀਆਂ ਸੇਵਾਵਾਂ ਸੰਪੂਰਨ ਹੋਣੀਆਂ। ਆਪ ਜੀ ਵੱਧ ਚੜ੍ਹ ਕੇ ਇਹਨਾਂ ਸੇਵਾਵਾਂ ਵਿੱਚ ਆਪਣਾ ਯੋਗਦਾਨ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਓ। 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ 850ਵੇਂ ਆਗਮਨ ਪੁਰਬ 2024 ਦੇ 5ਵੇਂ ਅਤੇ ਆਖਰੀ ਦਿਨ ਵਿਸ਼ਾਲ ਨਗਰ ਕੀਰਤਨ ਸਜਾਏ ਗਏ, ਜਿਸ ਉਪਰੰਤ ਕਰਵਾਏ ਗਏ ਸਮਾਗਮ ਵਿੱਚ ਗੁਰਦੁਆਰਾ ਗੋਦੜੀ ਸਾਹਿਬ ਅਤੇ ਬਾਬਾ ਫਰੀਦ ਸੁਸਾਇਟੀ ਰਜਿਸਟਰਡ ਫਰੀਦਕੋਟ ਦੇ ਪ੍ਰੈਜ਼ੀਡੈਂਟ ਸਰਦਾਰ ਸਿਮਰਜੀਤ ਸਿੰਘ ਸੇਖੋਂ ਅਤੇ ਸਮੂਹ ਪਤਵੰਤਿਆਂ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਐਵਾਰਡ ਫਾਰ ਹਿਊਮੈਨਿਟੀ ਸਰਵਿਸਿਜ਼ ਡਾਕਟਰ SP ਸਿੰਘ ਬਰਾਏ ਨੂੰ ਦਿੱਤਾ ਗਿਆ, ਜੋ ਕਿ ਆਪਣਾ ਕਾਰੋਬਾਰ ਤਾਂ ਦੁਬਈ ਵਿੱਚ ਕਰਦੇ ਨੇ ਪਰ ਸਮਾਜ ਸੇਵਾ ਪੂਰੇ ਭਾਰਤ ਵਿੱਚ ਕਰ ਰਹੇ ਨੇ। ਡਾਕਟਰ ਓਬਰਾਏ ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਹੋਏ ਸਮਾਗਮ ਵਿੱਚ 1 ਲੱਖ ਰੁਪਏ ਦੀ ਨਗਦ ਰਾਸ਼ੀ, ਦੁਸ਼ਾਲਾ, ਸਿਰੋਪਾ ਅਤੇ ਸਾਈਟੇਸ਼ਨ ਦੇ ਕੇ ਸਨਮਾਨਿਤ ਕੀਤਾ ਗਿਆ। ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਨੂੰ ਸਰਦਾਰ ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਵਿਨੀਤ ਕੁਮਾਰ IAS ਨੂੰ ਵਿਸ਼ੇਸ਼ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਓਬਰਾਏ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਉੱਤੇ ਆਉਣ ਦਾ ਮੌਕਾ ਮਿਲਿਆ ਅਤੇ ਸੁਸਾਇਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਬਾਬਾ ਫਰੀਦ ਜੀ ਦੇ ਜੀਵਨ ਉੱਤੇ ਖੋਜ ਕੀਤੀ ਗਈ, ਜਿਸ ਤੋਂ ਬਾਅਦ ਬਾਬਾ ਫਰੀਦ ਜੀ ਦੀ ਜੀਵਨੀ ਉੱਤੇ ਆਧਾਰਿਤ ਇੱਕ ਕਿਤਾਬ ਜਲਦ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬਾਬਾ ਫਰੀਦ ਜੀ ਨਾਲ ਸੰਬੰਧਿਤ ਇੱਕ ਪੱਤਰਿਕਾ ਵੀ ਅੱਜ DC ਸਾਹਿਬ ਵੱਲੋਂ ਰਿਲੀਜ਼ ਕੀਤੀ ਗਈ। ਉਹਨਾਂ ਕਿਹਾ ਕਿ ਬਾਬਾ ਫਰੀਦ ਜੀ ਮਹਾਨ ਸੂਫੀ ਸੰਤ ਸਨ, ਜਿਨ੍ਹਾਂ ਦੇ ਸ਼ਲੋਕ ਗੁਰਬਾਣੀ ਵਿੱਚ ਦਰਜ ਨੇ। ਦੱਸ ਦਈਏ ਕਿ ਡਾਕਟਰ SP ਸਿੰਘ ਬਰਾਏ ਸਰਬੱਤ ਭੱਲਾ ਚੈਰੀਟੇਬਲ ਸੁਸਾਇਟੀ ਚਲਾਉਂਦੇ ਨੇ, ਜਿਸ ਦੀਆਂ ਬ੍ਰਾਂਚਾਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਨੇ ਅਤੇ ਕਈ ਥਾਵਾਂ ਉੱਤੇ ਯੂਨਿਟ ਤਹਿਸੀਲ ਪੱਧਰ ਤੱਕ ਵੀ ਵੱਖ ਵੱਖ ਤਰ੍ਹਾਂ ਦੀਆਂ ਸਮਾਜ ਸੇਵਾਵਾਂ ਪ੍ਰਦਾਨ ਕਰ ਰਹੇ ਨੇ, ਜਿਸ ਵਿੱਚ ਸਿਹਤ ਸੁਵਿਧਾਵਾਂ, ਵਿਧਵਾ ਮਹਿਲਾਵਾਂ ਨੂੰ ਪੈਨਸ਼ਨ, ਮੁਫ਼ਤ ਵਿਦਿਆ ਦੇਣ ਵਰਗੇ ਕਾਰਜ ਸ਼ਾਮਲ ਨੇ। ਇਸ ਮੌਕੇ ਸਰਦਾਰ ਸਿਮਰਜੀਤ ਸਿੰਘ ਸੇਖੋਂ ਤੋਂ ਇਲਾਵਾ ਸਮੂਹ ਮੈਂਬਰ ਸਾਹਿਬਾਨ ਸਰਦਾਰ ਦੀਪਿੰਦਰ ਸਿੰਘ ਸੇਖੋਂ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗੁਰਿੰਦਰ ਮੋਹਨ ਸਿੰਘ, ਪ੍ਰਬੰਧਕ ਅਤੇ ਖਜ਼ਾਨਚੀ ਸੁਰਿੰਦਰ ਸਿੰਘ ਰੋਮਾਣਾ, ਜਨਰਲ ਸਕੱਤਰ ਅਤੇ ਐਗਜ਼ੀਕਿਊਟਿਵ ਮੈਂਬਰ ਚਰਨਜੀਤ ਸਿੰਘ ਸੇਖੋਂ ਅਤੇ ਗੁਰਜਾਪ ਸਿੰਘ ਸੇਖੋਂ, ਨਰਿੰਦਰਪਾਲ ਸਿੰਘ ਬਰਾੜ ਵੀ ਮੌਜੂਦ ਰਹੇ। ਬਿਆਨ ਨਹੀਂ ਕਰ ਸਕਦਾ ਕਿ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਤੇ ਮੈਨੂੰ ਉਹ ਇਨਾਮ ਦਿੱਤਾ ਗਿਆ, ਮੇਰਾ ਸਨਮਾਨ ਕੀਤਾ ਗਿਆ ਤੇ ਉਹ
ਫਕੀਰ ਬਾਬਾ ਫਰੀਦ ਜੀ, ਜਿਨ੍ਹਾਂ ਦੀ 112 ਸਲੋਕ ਤੇ 4 ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਕੀਤੇ। 850 ਉਹਨਾਂ ਦਾ ਪੁਰਬ ਚੱਲ ਰਿਹਾ ਔਰ ਅੱਜ ਜਿਹੜਾ ਇਹਨਾਂ ਨਗਰ ਕੀਰਤਨ ਸਾਰਾ ਆਗਮਨ ਦੇ ਉੱਤੇ ਮਨਾਇਆ ਜਾ ਰਿਹਾ। ਮੈਂ ਸਾਰਿਆਂ ਨੂੰ ਇਹਦੇ ਲਈ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਸਪੈਸ਼ਲੀ ਮੈਂ ਸੇਖੋ ਸਾਹਿਬ ਦਾ, ਉਹਨਾਂ ਦੇ ਪਰਿਵਾਰ ਦਾ ਤੇ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਮਾਣ ਜਿਹੜਾ ਬਖਸ਼ਿਆ। ਬਾਬਾ ਫਰੀਦ ਜੀ ਦੇ ਉੱਤੇ ਆ ਜਿਹੜੀ ਹੁਣੀ ਸੁ ਦੇਖਿਆ ਇੱਕ ਪੱਤਰਿਕਾ ਰਿਲੀਜ਼ ਕੀਤੀ ਗਈ ਸਾਡੇ ਮਾਣਯੋਗ DC ਸਾਹਿਬ ਨੇ। ਸੋ ਇਹ ਜੂਨ ਅੰਕ ਦੇ ਵਿੱਚ ਅਸੀਂ ਬਾਬਾ ਫਰੀਦ ਜੀ ਨੂੰ ਸਮਰਪਿਤ ਜਿਹੜਾ ਇਹ ਸਾਡੀ ਪੱਤਰਿਕਾ ਹੈ, ਸੈਂਟਰਲ ਗਵਰਨਮੈਂਟ ਦੀ ਅਪਰੂਵਡ ਪੱਤਰਿਕਾ ਹੈ। ਸੋ ਇਹ ਜਿਹੜਾ ਸੀ ਅੰਕ ਸਾਰਾ ਇਹ ਅਸੀਂ ਉਹਨਾਂ ਨੂੰ ਸਮਰਪਿਤ ਕੀਤਾ ਹੈ ਔਰ ਸਾਡੇ ਸ੍ਰੀ ਆਨੰਦਪੁਰ ਸਾਹਿਬ ਜਿਹੜਾ ਸਾਡਾ ਆਪਣਾ ਪਬਲੀਕੇਸ਼ਨ ਬਿਊਰੋ ਹੈ, ਸਾਡਾ ਐਡਵਾਂਸ ਰਿਸਰਚ ਸੈਂਟਰ ਹੈ, ਉੱਥੇ ਸਾਡੇ 5 ਸਕਾਲਰ ਨੇ ਜਿਨ੍ਹਾਂ ਨੇ ਪਿਛਲੇ ਤਕਰੀਬਨ 10-11 ਮਹੀਨੇ ਲੱਗ ਗਏ। ਸੋ ਉਹਨੇ ਬਾਬਾ ਫਰੀਦ ਜੀ ਦੀ ਜੀਵਨ ਦੇ ਉੱਤੇ ਇੱਕ ਅਸੀਂ 160-165 ਪੇਜ ਦੀ ਜਿਹੜੀ ਹੈ ਉਹ ਇੱਕ ਬੁੱਕ ਤਿਆਰ ਕੀਤੀ ਹੈ, ਜਿਹੜੀ ਕਿ ਅਸੀਂ ਅਗਲੇ ਮਹੀਨੇ ਉਹਨੂੰ ਰਿਲੀਜ਼ ਕਰਨ ਜਾ ਰਹੇ ਹਾਂ ਔਰ ਰਿਲੀਜ਼ ਕਰਨ ਤੋਂ ਬਾਅਦ ਮੇਰੀ ਤਮੰਨਾ ਹੋਏਗੀ ਕਿ ਮੈਂ ਪੂਰੇ ਵਰਲਡ ਵਿੱਚ ਜਿਹੜੀ ਹੈ ਇਹ ਬੁੱਕ ਫ੍ਰੀ ਡਿਸਟ੍ਰੀਬਿਊਸ਼ਨ ਮੈਂ ਕਰਾਂ। ਇੱਕ ਵਾਰੀ ਫਿਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਬਹੁਤ ਮੈਂ ਆਪਣੇ ਆਪ ਨੂੰ ਭਾਗਯਸ਼ਾਲੀ ਸਮਝਦਾ ਕਿ ਮੈਨੂੰ ਇਹ ਸਨਮਾਨ ਦੇ ਸਮਝਿਆ ਗਿਆ, ਬੜਾ ਇੱਜ਼ਤ ਮਾਨ ਬਖਸ਼ਿਆ। ਮੈਂ ਆਪਣੇ ਵੱਲੋਂ ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਸੁਸਾਇਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਅਵਾਰਡ ਲਈ ਸ੍ਰੀ SP ਸਿੰਘ ਓਬਰਾਏ ਜੀ ਦੀ ਚੋਣ ਕੀਤੀ। ਮੈਂ ਮੰਨਦਾ ਹਾਂ ਉਹਨਾਂ ਦੀ ਜੀਵਨ ਦੀ ਘਟਨਾ ਸੁਣ ਕੇ ਕਿ ਉਹਨਾਂ ਨੂੰ ਅਵਾਰਡ ਦੇਣ ਤੇ ਇਸ ਅਵਾਰਡ ਦਾ ਰੁਤਬਾ ਹੀ ਬੜਿਆ ਹੈ। ਜਿੰਨਾ ਕੋਸ਼ਿਸ਼ ਤੇ ਜਿੰਨਾ ਪ੍ਰਯਤਨ ਕੀਤੇ ਹੈ ਉਹਨਾਂ ਨੇ ਮਨੁੱਖਤਾ ਦੀ ਸੇਵਾ ਲਈ, ਉਹ ਸਾਡੇ ਲਈ ਵੀ ਇੱਕ ਸਿੱਖ ਬਣਨਗੇ ਤੇ ਅਸੀਂ ਵੀ ਜਿੰਨਾ ਵੀ ਕਰ ਸਕਦੇ ਹੈਗੇ ਅਸੀਂ ਦੂਸਰੇ ਦੀ ਭਲਾਈ ਲਈ ਜ਼ਰੂਰ ਕੰਮ ਕਰਾਂਗੇ। ਕਿਉਂਕਿ ਅਗਰ ਜੇਕਰ ਸਾਨੂੰ ਕੁਛ ਵੀ ਸਿੱਖਣ ਲਈ ਮਿਲਦਾ ਹੈਗਾ ਬਾਬਾ ਫਰੀਦ ਜੀ ਦੀ ਜੀਵਨ ਤੋਂ ਕਿ ਅਸੀਂ ਆਪਣੇ ਤੋਂ ਵੜ ਕੇ ਦੂਸਰੇ ਲਈ ਜੀਵਨ, ਤੇ ਮੈਂ ਆਸ ਕਰਦਾ ਹਾਂ ਕਿ ਜਿਹੜਾ ਨਗਰ ਬਾਬਾ ਫਰੀਦ ਆਗਮਨ ਪੁਰਬ ਅਸੀਂ ਹਰ ਸਾਲ ਮਨਾਉਂਦੇ ਹਾਂ, ਅਸੀਂ ਜ਼ਰੂਰ ਉਸ ਤੋਂ ਕੁਛ ਸਿੱਖਣ ਤੇ ਮਨੁੱਖਤਾ ਲਈ ਕੁਛ ਕੰਮ ਕਰਨ। ਸੋ ਮੈਂ ਸੁਸਾਇਟੀ ਅਤੇ ਅੰਤ ਵਿੱਚ ਸ੍ਰੀ SP ਸਿੰਘ ਓਬਰਾਏ ਜੀ ਨੂੰ ਵੀ ਮੁਬਾਰਕਬਾਦ ਦਿੰਦਿਆਂ ਹੋਏ ਇੱਕ ਵਾਰ ਫਿਰ ਇਸ ਸਮਾਗਮ ਅਤੇ ਨਗਰ ਕੀਰਤਨ ਵਿੱਚ ਸ਼ਾਮਿਲ ਸਭ ਸ਼ਖਸੀਅਤਾਂ ਨੂੰ ਤੇ ਸੰਗਤਾਂ ਦਾ ਧੰਨਵਾਦ ਕਰਦਾ ਹਾਂ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਵੱਲੋਂ ਸਿੱਖੀ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਭਾਈ ਅਮਨਦੀਪ ਸਿੰਘ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪਿਛਲੇ ਦਿਨੀ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਗਏ। ਭਾਈ ਸਾਹਿਬ ਦੀਆਂ ਸੇਵਾਵਾਂ ਨੂੰ ਵੇਖਦਿਆਂ ਆਸਟ੍ਰੇਲੀਆ ਦੇ ਮੈਂਬਰ ਪਾਰਲੀਮੈਂਟ ਮਿਸਟਰ ਇਵੇਨ ਵੱਲੋਂ ਪਾਰਲੀਮੈਂਟ ਹਾਊਸ ਵਿੱਚ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਉਹਨਾਂ ਦੀ ਜੋ ਡਿਊਟੀ ਲਗਾਈ ਹੈ ਉਸ ਨੂੰ ਆਪਣਾ ਫਰਜ਼ ਸਮਝਦਿਆਂ ਬਾਹਰੀ ਦੇਸ਼ਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਨੇ, ਜਿਸ ਵਿੱਚ ਸੰਗਤ ਦਾ ਪੂਰਾ ਸਹਿਯੋਗ ਮਿਲਦਾ ਹੈ। ਭਾਈ ਅਮਨਦੀਪ ਸਿੰਘ ਜੀ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਬਹੁਤ ਸਾਰੇ ਸ਼ਹਿਰਾਂ ਦੀਆਂ ਸੰਗਤਾਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਹਾਜ਼ਰੀ ਭਰ ਕੇ ਗੁਰੂ ਇਤਿਹਾਸ ਸਰਵਣ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ 27 ਸਤੰਬਰ ਨੂੰ ਜਪ ਤਪ ਸਮਾਗਮ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਨੇ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਈ ਅਮਨਦੀਪ ਸਿੰਘ ਕੀਰਤਨ ਦੁਆਰਾ ਹਾਜ਼ਰੀਆਂ ਭਰਨਗੇ। ਬਰਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵੱਖ ਵੱਖ ਮਾਮਲਿਆਂ ਵਿੱਚ 6 ਮੁਲਜ਼ਮਾਂ ਨੂੰ ਕਾਬੂ ਕੀਤਾ ਤੇ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀ ਸਤਵੀਰ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਨਸ਼ਾ ਤਸਕਰੀ ਵਿੱਚ ਸ਼ਾਮਲ 4 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਅਜੇ ਸ਼ਰਮਾ, ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਸੁਖਦੇਵ ਰਾਮ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ 50 ਗ੍ਰਾਮ ਹੈਰੋਇਨ, 50 ਨਸ਼ੀਲੀਆਂ ਗੋਲੀਆਂ, 1 ਲੱਖ ਰੁਪਏ ਦੀ ਡਰੱਗ ਮਨੀ ਅਤੇ ਵਰਨਾ ਕਾਰ ਬਰਾਮਦ ਕੀਤੀ ਗਈ ਹੈ। ਉਹਨੇ ਕਿਹਾ ਕਿ ਦੂਜੇ ਮਾਮਲੇ ਵਿੱਚ ਪੁਲਿਸ ਨੇ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਵੱਖ ਵੱਖ ਗੋਦਾਮਾਂ ਵਿੱਚੋਂ ਝੋਨੇ ਦੀਆਂ ਬੋਰੀਆਂ ਚੋਰੀ ਕਰਦਾ ਸੀ।
ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਗ੍ਰਿਫਤਾਰੀਆਂ ਪਹਿਲਾਂ ਹੋਈਆਂ ਸਨ, ਜਿਨ੍ਹਾਂ ਦੀ ਪੁੱਛਗਿੱਛ ਦੇ ਆਧਾਰ ਤੇ ਰਣਜੀਤ ਕੁਮਾਰ ਅਤੇ ਰਵਨ ਕੁਮਾਰ ਨਾਮੀ ਦੋ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਅਤੇ ਬੁਲੈਰੋ ਪਿਕਅਪ ਗੱਡੀ ਬਰਾਮਦ ਕੀਤੀ ਗਈ ਹੈ ਅਤੇ ਚੋਰੀ ਦੀਆਂ 20 ਬੋਰੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ। ਉਹਨਾਂ ਕਿਹਾ ਕਿ ਇਹਨਾਂ ਨੇ ਚਾਵਲਾਂ ਦੀਆਂ 94 ਬੋਰੀਆਂ ਚੋਰੀ ਕੀਤੀਆਂ ਸਨ। ਉਹਨਾਂ ਵੀ ਕਿਹਾ ਕਿ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸਾਡੀ ਸਬ ਡਿਵੀਜ਼ਨ ਬਰਨਾਲਾ ਦੇ ਵਿੱਚ ਥਾਣਾ ਸਿਟੀ ਬਰਨਾਲਾ ਅਤੇ ਥਾਣਾ ਧਨੌਲਾ ਦੀ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਜਿਹਦੇ ਵਿੱਚ ਇੱਕ ਤਾਂ ਥਾਣਾ ਸਿਟੀ ਬਰਨਾਲਾ ਦੇ ਮੁੱਖ ਅਫਸਰ ਇੰਸਪੈਕਟਰ ਲਖਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਇੱਕ ਨਸ਼ਾ ਤਸਕਰਾਂ ਦੇ ਗਰੋਹ ਨੂੰ ਫੜਿਆ, ਜਿਹਦੇ ਵਿੱਚ ਅਜੇ ਸ਼ਰਮਾ ਉਰਫ ਗੋਰਾ ਵਾਸੀ ਬਰਨਾਲਾ, ਇਹਦੇ ਨਾਲ ਹੀ ਹਰਪ੍ਰੀਤ ਸਿੰਘ ਉਰਫ ਪੀਤਾ, ਅੰਮ੍ਰਿਤਪਾਲ ਸਿੰਘ ਉਰਫ ਚੂਚਾ ਅਤੇ ਸੁਖਦੇਵ ਰਾਮ ਉਰਫ ਸੁੱਖੂ, ਇਹ ਸਾਰੇ ਬਰਨਾਲੇ ਦੇ ਰਹਿਣ ਵਾਲੇ ਨੇ। ਇਹਨਾਂ ਦੇ ਖਿਲਾਫ਼ ਮੁਖਬਰੀ ਹਾਸਲ ਹੋਈ ਸੀ ਕਿ ਨਸ਼ਾ ਤਸਕਰੀ ਦਾ ਕੰਮ ਬਰਨਾਲਾ ਜ਼ਿਲ੍ਹੇ ਦੇ ਵਿੱਚ ਕਰ ਰਹੇ ਨੇ, ਬਰਨਾਲੇ ਸ਼ਹਿਰ ਵਿੱਚ ਕਰ ਰਹੇ ਨੇ। ਸੋ ਮੁਖਬਰੀ ਦੇ ਆਧਾਰ 'ਤੇ ਮੁਕੱਦਮਾ ਨੰਬਰ 426 ਅਧੀਨ ਮਿਤੀ 24/9/2024 ਅਧੀਨ ਧਾਰਾ 21(22) NDPS ਐਕਟ ਦਰਜ ਕੀਤਾ ਗਿਆ ਅਤੇ ਇਹਨਾਂ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 50 ਗ੍ਰਾਮ ਹੈਰੋਇਨ, 50 ਨਸ਼ੀਲੀਆਂ ਗੋਲੀਆਂ, 1,00,000 ਰੁਪਇਆ ਡਰੱਗ ਮਨੀ ਜੋ ਕਿ ਇਹਨਾਂ ਨੇ ਨਸ਼ਾ ਵੇਚ ਕੇ ਇਕੱਠੀ ਕੀਤੀ ਸੀ, ਅਤੇ ਇੱਕ ਵਰਨਾਕਾਰ ਜਿਹੜੀ ਹੈ ਬਰਾਮਦ ਕੀਤੀ ਗਈ ਹੈ। ਅਤੇ ਇਹ ਸਾਰੇ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਅਤੇ ਫਰਦਰ ਇਹਨਾਂ ਦੇ ਜਿਹੜੇ ਬੈਕਵਰਡ ਲਿੰਕਸ ਨੇ ਉਹਨਾਂ ਨੂੰ ਟਰੇਸ ਕੀਤਾ ਜਾਏਗਾ। ਇਸੇ ਤਰ੍ਹਾਂ ਥਾਣਾ ਧਨੌਲਾ ਦੀ ਪੁਲਿਸ ਨੇ ਇੱਕ ਜਿਹੜਾ ਚੋਰੀਆਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈਗਾ, ਜਿਹੜੇ ਕਿ ਵੱਖ ਵੱਖ ਗੋਦਾਮਾਂ ਦੇ ਵਿੱਚ, ਸ਼ੈਲਰਾਂ ਦੇ ਵਿੱਚ ਅਤੇ ਆਪਣੇ ਵੇਅਰ ਹਾਊਸਿਸ ਦੇ ਵਿੱਚ ਜੀਰੀ ਦੀ ਚੋਰੀ ਨੂੰ ਅੰਜਾਮ ਦਿੰਦੇ ਸੀ। ਇਹ ਜੀ ਜੋ ਮਾਮਲਾ ਹੈ, ਕਰਨ ਗਰਗ ਵਾਸੀ ਬਰਨਾਲਾ, ਇਹਨਾਂ ਨੇ ਧਨੌਲਾ ਪੁਲਿਸ ਪਾਸ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਇਹਨਾਂ ਦਾ ਟਾਂਡੀਆਂ ਢਾਬੇ ਦੇ ਕੋਲ ਸੰਗਰੂਰ ਬਰਨਾਲਾ ਰੋਡ 'ਤੇ ਇੱਕ ਵੇਅਰ ਹਾਊਸ ਬਣਿਆ ਹੋਇਆ, ਜਿੱਥੇ ਮਿਤੀ 15/16/2024 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਬੰਦਿਆਂ ਨੇ ਇਹਨਾਂ ਦੇ ਜਿਹੜਾ ਵੇਅਰ ਹਾਊਸ ਦੀ ਇੱਕ ਕੰਧ ਨੂੰ ਜਿਹੜਾ ਪਾੜ ਲਾ ਕੇ ਅਤੇ 94 ਬੋਰੀਆਂ ਚਾਵਲ ਜੋ ਕਿ 50-50 ਕਿਲੋ ਦੇ ਗੱਟੇ ਸੀਗੇ ਉਹ ਚੋਰੀ ਕਰ ਲਏ ਸੀ। ਸੋ ਮੁਕੱਦਮਾ ਨੰਬਰ 110 ਮਿਤੀ 16/9/2024 ਅਧੀਨ ਧਾਰਾ 331(4) ਅਤੇ 305 BNS 2023 ਥਾਣਾ ਧਨੌਲਾ ਦਰਜ ਕੀਤਾ ਗਿਆ ਸੀ ਅਨਨੋਨ ਵਿਅਕਤੀਆਂ ਦੇ ਖਿਲਾਫ਼। ਸੋ ਸਾਡੇ ਥਾਣਾ ਧਨੌਲਾ ਦੇ ਮੁੱਖ ਅਫਸਰ ਇੰਸਪੈਕਟਰ ਲਖਵੀਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਦੇ ਨਾਲ ਤਕਨੀਕੀ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਇਹ ਜਿਹੜਾ ਮੁਕੱਦਮੇ ਨੂੰ ਟਰੇਸ ਕੀਤਾ, ਜਿਹਦੇ ਵਿੱਚ ਕੁੱਲ ਪਹਿਲਾਂ ਇਹਨਾਂ ਨੇ ਦੋ ਵਿਅਕਤੀ ਜੋ ਗ੍ਰਿਫਤਾਰ ਕੀਤੇ ਸੀ, ਹਰਪ੍ਰੀਤ ਸਿੰਘ ਉਰਫ ਹੈਰੀ ਵਾਸੀ ਪਿੰਡ ਅੰਗੋਲ ਥਾਣਾ ਸਦਰ ਨਾਭਾ, ਪਰਮਿੰਦਰ ਦਾਸ ਵਾਸੀ ਥਾਣਾ ਵਾਸੀ ਲਬਾਣਾ ਕਰਮੂ ਥਾਣਾ ਸਦਰ ਨਾਭਾ, ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਹਨਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਇੱਕ ਬਲੈਰੋ ਪਿਕਅਪ ਗੱਡੀ ਜਿਹੜੀ ਆ ਬਰਾਮਦ ਕੀਤੀ ਸੀ। ਸੋ ਇਹਨਾਂ ਦੀ ਪੁੱਛਗਿੱਛ ਦੇ ਉੱਤੇ ਇਹਨਾਂ ਨੇ ਅੱਗੇ 6 ਹੋਰ ਆਪਣੇ ਸਾਥੀਆਂ ਬਾਰੇ ਦੱਸਿਆ, ਜਿਹੜੇ ਕਿ ਸਤਗੁਰ ਦਾਸ ਵਾਸੀ ਲਬਾਣਾ ਕਰਮੂ, ਰੋਬਿਨ ਕੁਮਾਰ ਉਰਫ ਕਾਲਾ ਵਾਸੀ ਨਾਭਾ, ਰਣਜੀਤ ਕੁਮਾਰ ਉਰਫ ਬੋਨਾ ਵਾਸੀ ਪਟਿਆਲਾ, ਤਰਨਵੀਰ ਸਿੰਘ ਤਰਨੀ ਵਾਸੀ ਅੰਗੋਲ, ਜੰਗਲੂ ਵਾਸੀ ਪਟਿਆਲਾ ਅਤੇ ਮਾਨ ਵਾਸੀ ਕਕਰਾਲ, ਇਹ ਜਿਹੜੇ ਆ ਇਹਨਾਂ ਨੇ ਅੱਗੇ 6 ਹੋਰ ਵਿਅਕਤੀ ਜਿਹੜੇ ਆ ਸਾਨੂੰ ਦੱਸੇ ਸੀ, ਇਹਨਾਂ ਨੂੰ ਇਸ ਮੁਕੱਦਮਾ ਵਿੱਚ ਨਾਮਜ਼ਦ ਕਰ ਲਿਆ ਗਿਆ। ਅਤੇ ਫਰਦਰ ਜਿਹੜਾ ਰਣਜੀਤ ਸਿੰਘ ਰਣਜੀਤ ਕੁਮਾਰ ਉਰਫ ਬੋਣਾ ਅਤੇ ਰੋਬਿਨ ਕੁਮਾਰ ਉਰਫ ਕਾਲਾ, ਇਹ ਦੋ ਦੋਸ਼ੀ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਏ ਨੇ। ਇਹਨਾਂ ਕੋਲੋਂ ਇੱਕ ਹੋਰ ਪਿਕਅਪ ਗੱਡੀ ਬਲੈਰੋ ਪਿਕਅਪ ਜਿਹੜੀ ਬਰਾਮਦ ਕੀਤੀ ਗਈ ਆ
ਅਤੇ 20 ਗੱਟੇ ਚਾਵਲ ਜੋ ਕਿ ਚੋਰੀ ਦੇ ਸੀ ਉਹ ਬਰਾਮਦ ਕੀਤੇ ਗਏ ਨੇ ਅਤੇ ਇਸ ਦੇ ਨਾਲ ਕੁੱਲ ਜਿਹੜੇ ਆ 4 ਦੋਸ਼ੀਆਂ ਦੀ ਹੁਣ ਤੱਕ ਗ੍ਰਿਫਤਾਰੀ ਹੋ ਚੁੱਕੀ ਹੈ। 2 ਨੂੰ ਅਸੀਂ ਪਹਿਲਾਂ ਉਹਨਾਂ ਦੀ ਪੁੱਛਗਿੱਛ ਕਰਕੇ ਜੁਡੀਸ਼ੀਅਲ ਭੇਜ ਚੁੱਕੇ ਹਾਂ। 2 ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸ਼ੀਅਲ ਭੇਜਿਆ ਜਾਏਗਾ। ਬਠਿੰਡਾ ਦੇ ਫੁੱਲ ਟਾਊਨ ਤੋਂ ਪਿੰਡ ਭਾਈ ਰੂਪਾ ਨੂੰ ਜਾਂਦੀ ਲਿੰਕ ਸੜਕ ਉੱਤੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਕਾਰ ਚਾਲਕ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰ ਰਾਜਾ ਰਾਮ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਸੁਰਜੀਤ ਰਾਮ ਅਤੇ ਭੋਲੀ ਵਜੋਂ ਹੋਈ ਹੈ, ਜਦਕਿ ਕਾਰ ਚਾਲਕ ਦੀ ਪਹਿਚਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਥਾਣਾ ਫੁੱਲ ਟਾਊਨ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੁਰੂ ਕੀਤੀ ਹੈ। ਇਹ ਘਟਨਾ ਹੋਈ ਆ ਵੀ ਇਹ ਤਾਂ ਭਾਈ ਰੂਪੇ ਤੋਂ ਜਾ ਰਹੇ ਸੀਗੇ ਜੀ, ਆਪਣਾ ਭਤੀਜਾ ਹੀ ਆ ਮੁੰਡਾ, ਅਤੇ ਇੱਕ ਜਾਣੀ ਕਿ ਭੈਣਾਂ ਦੇ ਥਾਂ ਲੱਗਦੀ ਆ ਕੁੜੀ। ਇਹ ਜਾ ਰਹੇ ਸੀ ਰਾਮਪੁਰੇ ਨੂੰ ਅਤੇ ਕਿਤੇ ਗੱਡੀ ਵਾਲਾ ਉੱਧਰੋਂ ਆ ਰਿਹਾ ਸੀਗਾ। ਇਹ ਹੁਣ ਪਰਮਾਤਮਾ ਨੂੰ ਪਤਾ ਵੀ ਕਿਵੇਂ ਬਚਿਆ ਕਿਵੇਂ ਨਹੀਂ ਬਚੇ ਜੀ। ਬਾਕੀ ਆ ਦੇਖਣ ਦੇ ਮੁਤਾਬਕ ਹੁਣ ਦਿਸੀ ਜਾਂਦਾ ਸਾਰਿਆਂ ਨੂੰ ਵੀ, ਠੀਕ ਹੈ ਨਾ। ਜਿਸ ਹਿਸਾਬ ਨਾਲ ਗੱਡੀ ਐਡੀ ਵਾਟੋਂ ਆ ਕੇ ਇੱਥੇ ਲਿਆ ਕੇ ਬੰਦੇ ਸਿੱਟ ਕੇ ਮਾਰੇ ਨੇ, ਉਸ ਹਿਸਾਬ ਨਾਲ ਤਾਂ ਗੱਡੀ ਵਾਲੇ ਦਾ ਕਸੂਰ ਹੋ ਸਕਦਾ। ਦੋਨਾਂ ਦੀ ਹੋ ਗਈ, ਸੁਰਜੀਤ ਸੀਗਾ ਮੁੰਡੇ ਦਾ ਨਾਂ ਅਤੇ ਬਾਕੀ ਦੱਸ ਦਿਓ ਵੀਰੇ ਕੁੜੀਆਂ ਦਾ ਨਾਂ ਸੀਗਾ ਭੋਲੀ। ਬਰਨਾਲਾ ਨੇੜਲੇ ਤਪਾ ਵਿੱਚ ਬੀਤੀ ਸ਼ਾਮ ਇੱਕ ਵਿਅਕਤੀ ਨੂੰ ਕੁਝ ਨੌਜਵਾਨਾਂ ਨੇ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਅੱਜ ਸਵੇਰੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨਦੀਪ ਸਿੰਘ ਜੋ ਕਿ ਫਰੂਟ ਦੀ ਰੇਹੜੀ ਲਗਾਉਂਦਾ ਸੀ, ਬੀਤੀ ਸ਼ਾਮ ਉਸ ਕੋਲ ਕੁਝ ਨੌਜਵਾਨ ਆਏ ਜਿਨ੍ਹਾਂ ਨੇ ਅਮਨਦੀਪ ਸਿੰਘ ਤੋਂ ਫਰੂਟ ਲੈ ਲਿਆ। ਜਦੋਂ ਅਮਨਦੀਪ ਸਿੰਘ ਨੇ ਪੈਸੇ ਮੰਗੇ ਤਾਂ ਪੈਸਿਆਂ ਨੂੰ ਲੈ ਕੇ ਉਹ ਅਮਨਦੀਪ ਸਿੰਘ ਦੇ ਨਾਲ ਤਕਰਾਰਬਾਜ਼ੀ ਕਰਨ ਲੱਗੇ। ਉਹਨਾਂ ਨੇ ਅਮਨਦੀਪ ਸਿੰਘ ਦੀ ਤੇਜ਼ਧਾਰ ਹਥਿਆਰਾਂ ਦੇ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਉਧਰ ਪੀੜਤ ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸੜਕ ਉੱਤੇ ਧਰਨਾ ਲਗਾਇਆ ਅਤੇ ਦੂਸਰੇ ਪਾਸੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਰੀਬ 6 ਵਜੇ ਸ਼ਾਮ ਦੇ ਸਾਡੇ ਇੱਥੋਂ ਅਮਨਦੀਪ ਸਿੰਘ, ਗਗਨਦੀਪ ਸਿੰਘ ਪੁੱਤਰ ਸਰੂਪਚੰਦ ਦੇ ਲੜਕੇ, ਉਹ ਫਰੂਟ ਦਾ ਕੰਮ ਕਰਦੇ ਆ। ਕਿੱਥੇ ਜੀ? ਬਾਹਰਲੇ ਡੇਰੇ ਉੱਪਰ ਜੀ। ਅੱਛਾ, ਬਾਹਰਲੇ ਉੱਪਰ ਰੇਹੜੀ ਲਾਉਂਦੇ ਆ ਫਰੂਟ ਦੀ ਜੀ। ਠੀਕ ਹੈ ਜੀ। ਉਹਨਾਂ ਤੋਂ ਕੋਈ ਅਣਪਛਾਤੇ ਆਦਮੀ ਜਿਨ੍ਹਾਂ ਨੂੰ ਦੱਸਿਆ ਗਿਆ ਵੀ ਮੋਗੇ ਕੋਲ ਦੇ ਹੈਗੇ ਆ, ਉਹਨਾਂ ਨੇ ਆ ਕੇ ਇਹ ਤੋਂ ਫਰੂਟ ਤਲਾ ਲਿਆ। ਅੱਛਾ। ਜਦੋਂ ਉਹਨੇ ਪੈਸੇ ਮੰਗੇ ਤਾਂ ਉਹਨਾਂ ਨੇ ਆਪਸ ਵਿੱਚ ਤਰਕਾਰਬਾਜ਼ੀ ਸ਼ੁਰੂ ਕਰਤੀ। ਪੈਸੇ ਮੰਗਣ ਤੋਂ ਬਾਅਦ ਫਿਰ ਉਹਨਾਂ ਕੋਲ ਤੇਜ਼ ਹਥਿਆਰ ਸੀਗੇ ਜਿਨ੍ਹਾਂ ਨੇ ਇਸ 'ਤੇ ਅਮਨਦੀਪ 'ਤੇ ਇਹਨਾਂ ਨੇ ਹਮਲਾ ਕਰਤਾ ਜੀ। ਅੱਛਾ। ਉਸ ਤੋਂ ਬਾਅਦ ਜੀ ਫਿਰ? ਉਸ ਤੋਂ ਬਾਅਦ ਅਮਨਦੀਪ ਨੂੰ ਜੀ ਆਪਣਾ ਤਪਾ ਸਿਵਲ ਹਸਪਤਾਲ 'ਚ ਲੈ ਗਏ, ਉੱਥੋਂ ਰੈਫਰ ਕਰਕੇ ਬਰਨਾਲੇ ਲਈ ਭੇਜਤਾ। ਅੱਜ ਉਹਨਾਂ ਦੀ ਡੈਥ ਹੋ ਗਈ। ਅੱਛਾ। ਹੁਣ ਤੁਸੀਂ ਧਰਨਾ ਲਗਾਇਆ, ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਸਾਡੀ ਇਹੀ ਮੰਗ ਹੈ ਵੀ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ, ਬਣਦੀ ਕਾਰਵਾਈ ਕੀਤੀ ਜਾਵੇ ਜੀ। ਕੰਪਿਊਟਰ ਟੀਚਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਈ ਤਰੀਕਿਆਂ ਦੇ ਨਾਲ ਕੰਪਿਊਟਰ ਟੀਚਰਾਂ ਵੱਲੋਂ ਆਪਣੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਪਿਊਟਰ ਟੀਚਰਾਂ ਦੇ ਹੱਕ ਵਿੱਚ ਵਿਰੋਧੀ ਪਾਰਟੀਆਂ ਨੇ ਵੀ ਆਪਣਾ ਸਮਰਥਨ ਦੇਣਾ ਸ਼ੁਰੂ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਿੰਦਰਜੀਤ ਗੋਲਡੀ ਵੱਲੋਂ ਅੱਜ ਡੀਸੀ ਦਫ਼ਤਰ ਦੇ ਬਾਹਰ ਬੈਠੇ ਕੰਪਿਊਟਰ ਟੀਚਰਾਂ ਦੇ ਹੱਕ ਵਿੱਚ ਪਹੁੰਚ ਕੇ ਹਾਅ ਦਾ ਨਾਅਰਾ ਮਾਰਿਆ ਗਿਆ। ਉਹਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦ ਇਹਨਾਂ ਕੰਪਿਊਟਰ ਟੀਚਰਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ। ਬਰਨਾਲਾ ਦੇ ਸਰਕਾਰੀ ਹਾਈ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ 7ਵੀਂ ਜਮਾਤ ਦੇ ਵਿਦਿਆਰਥੀ ਦੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੇ ਅਤੇ ਬੱਚੇ ਦੀ ਮਾਂ ਅਤੇ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਿੰਸੀਪਲ ਉੱਤੇ ਗੰਭੀਰ ਦੋਸ਼ ਲਗਾਏ ਨੇ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦਾ ਲੜਕਾ ਰਣਵੀਰ ਅੰਮ੍ਰਿਤਧਾਰੀ ਹੈ ਅਤੇ ਦੁਮਾਲਾ ਸਜਾ ਕੇ ਸਕੂਲ ਜਾਂਦਾ ਸੀ ਅਤੇ ਪ੍ਰਿੰਸੀਪਲ ਉਸਨੂੰ ਅਜਿਹਾ ਕਰਨ ਤੋਂ ਰੋਕਦਾ ਸੀ, ਜਿਸ ਕਾਰਨ ਉਸਨੇ ਬੱਚੇ ਦੀ ਕੁੱਟਮਾਰ ਕੀਤੀ ਅਤੇ ਇਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਉਣਾ ਪਿਆ।
ਇਸ ਪੂਰੇ ਮਾਮਲੇ ਸੰਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਮਲਕਾ ਰਾਣੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਮੈਨੂੰ ਜੀ ਪ੍ਰਿੰਸੀਪਲ ਨੇ ਕੁੱਟਿਆ ਜੀ ਦਮਾਲੇ ਪਿੱਛੇ ਜੀ। ਕਾਹਦੇ ਪਿੱਛੇ ਕੁੱਟਿਆ? ਦਮਾਲੇ ਪਿੱਛੇ ਜੀ, ਕਹਿੰਦੇ ਦਮਾਲਾ ਨਹੀਂ ਬੰਨ ਕਾਉਣਾ ਜੀ। ਕਿੱਥੇ ਕਿੱਥੇ ਤੇਰੇ ਸੱਟਾਂ ਮਾਰੀਆਂ? ਲੱਤ ਦੀ। ਅੱਛਾ। ਤੇ ਲਫੜੇ ਮਾਰੀ ਜੀ ਮੂੰਹ 'ਤੇ। ਕਿਹੜਾ ਸਕੂਲ ਹੈ? ਸਰਕਾਰੀ ਸੀਨੀਅਰ ਸੈਕੰਡਰੀ ਹਾਫ ਐਮੀਨੈਂਸ ਬਰਨਾਲਾ ਜੀ। ਕਹਿੰਦੇ ਜੀ ਦਮਾਲਾ ਨਹੀਂ ਬੰਨ ਕਾਉਣਾ ਜੀ। ਕਾਰਨ ਜੀ, ਗੌਰਮੈਂਟ ਸਕੂਲ ਦਾ ਪ੍ਰਿੰਸੀ ਬੱਚਿਆਂ ਨੂੰ 3 ਮਹੀਨਿਆਂ ਤੋਂ ਲੈ ਕੇ ਬਹੁਤ ਪਰੇਸ਼ਾਨ ਕਰ ਰਿਹਾ ਸੀ। ਉਸ ਪਰੇਸ਼ਾਨੀ ਨੂੰ ਲੈ ਕੇ ਜੀ ਅਸੀਂ ਚੁੱਪ ਕਰਦੇ ਆਏ। ਆਹ ਹੁਣ ਤਾਂ ਜੀ ਉਹਨੇ ਆ ਕੇ ਸਿਰੇ 'ਤੇ ਆ ਕੇ ਬੱਚਿਆਂ ਦੇ ਪਹਿਲਾਂ ਕੜੇ ਲਹਾਤੇ, ਹੁਣ ਦਮਾਲੇ ਲਹਾਉਣ 'ਤੇ ਹੋ ਗਿਆ ਜੀ। ਕੱਲ੍ਹ ਇਹ ਕਲਾਸ ਦੇ ਵਿੱਚੋਂ ਲੈ ਕੇ ਆਇਆ, ਉਹਨੂੰ ਲਿਆ ਕੇ ਇਹਨੇ 3 ਵਜੇ ਕੱਢਿਆ ਗਾ ਉੱਟ ਕੇ। ਜਿੰਨਾ ਚਿਕਰ ਉਹਦੀਆਂ ਲਾਸਾਂ ਨਹੀਂ ਮੀਟਿੰਗਾਂ, ਉਹਨਾਂ ਚਿਕਰ ਉਹਨੇ ਉੱਥੋਂ ਦਫ਼ਤਰ 'ਚੋਂ ਆਪਦੇ 'ਚੋਂ ਕੱਢਿਆ ਨਹੀਂ ਹੈਗਾ। ਉਦੋਂ ਬਾਅਦ ਉਹ ਲੰਗ ਮਾਰਦਾ ਆਇਆ ਜੀ ਘਰੇ। ਜਦੋਂ ਅਸੀਂ ਆਏ ਜੀ, ਅਸੀਂ ਆਪਦੇ ਕੰਮਾਂ ਕਾਰਾਂ 'ਤੇ ਸੀ। ਜਦੋਂ ਅਸੀਂ ਆਏ 5 ਵਜੇ, ਅਸੀਂ ਪੁੱਛਿਆ ਵੀ ਕੀ ਗੱਲ ਆ, ਵੀ ਤੂੰ ਬਾਹਰ ਨਹੀਂ ਨਿਕਲਦਾ? ਕਹਿੰਦਾ ਜੀ ਮੈਨੂੰ ਪ੍ਰਿੰਸੀਪਲ ਨੇ ਕੁੱਟਿਆ। ਅਸੀਂ ਆਖਿਆ ਕਿਹੜੀ ਗੱਲੋਂ? ਕਹਿੰਦਾ ਮੈਨੂੰ ਕਹਿੰਦਾ ਵੀ ਤੂੰ ਦਮਾਲਾ ਲਾ। ਇਹ ਸਾਡੇ ਬੱਚੇ ਦਾ ਇਕੱਲੇ ਦਾ ਨਹੀਂ ਜੀ, ਇਹ ਤਾਂ ਸਾਡੇ ਘਰਾਂ ਦੇ ਹੋਰ ਵੀ ਬੱਚੇ ਨੇ, ਉਹਨਾਂ 'ਤੇ ਵੀ ਬਹੁਤ ਦਹਿਸ਼ਤ ਹੋ ਰਿਹਾ ਇਸੇ ਤਰ੍ਹਾਂ ਹੀ। ਇਹ ਮਾਮਲਾ ਮੈਨੂੰ ਤੁਹਾਡੇ ਰਾਹੀਂ ਹੀ ਮੇਰੇ ਧਿਆਨ ਵਿੱਚ ਆਇਆ, ਤਾਂ ਜੇ ਕੋਈ ਇਹੋ ਜਿਹੀ ਗੱਲ ਹੈ ਇਹਦੀ ਇਨਕੁਆਇਰੀ ਕੀਤੀ ਜਾਊਗੀ, ਅਤੇ ਜਿਹੜੇ ਵੀ ਕਸੂਰਵਾਰ ਜੋ ਵੀ ਹੋਊ, ਜੋ ਪ੍ਰਿੰਸੀਪਲ ਹੈ ਚਾਹੇ ਟੀਚਰ ਹੈ, ਉਹਦੇ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਊਗੀ। ਹਾਂਜੀ, ਜੋ ਵੀ ਹੋਊਗਾ ਵੀ ਬਣਦੀ ਵਿਭਾਗੀ ਕਾਰਵਾਈ ਹਰ ਹਾਲਤ ਵਿੱਚ ਕੀਤੀ ਜਾਊਗੀ। ਜਲੰਧਰ ਪਠਾਨਕੋਟ ਰੇਲਵੇ ਲਾਈਨ ਉੱਤੇ ਡਿਪਸ ਸਕੂਲ ਫਾਟਕ ਨੇੜੇ ਅੱਜ ਸਵੇਰੇ ਇੱਕ ਪਾਠੀ ਸਿੰਘ ਦੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ, ਜਿਸ ਦੀ ਪਹਿਚਾਣ ਅੰਮ੍ਰਿਤਪ੍ਰੀਤ ਸਿੰਘ ਵਜੋਂ ਹੋਈ ਹੈ। ਰੇਲਵੇ ਪੁਲਿਸ ਦੇ SHO ਸਤਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਅੰਮ੍ਰਿਤਪ੍ਰੀਤ ਸਿੰਘ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਰੇਲਵੇ ਲਾਈਨ ਪਾਰ ਕਰ ਰਿਹਾ ਸੀ ਕਿ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਉਸ ਦੀ ਮੌਤ ਹੋਈ। ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਧਾਰਾ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਸਰਵਣ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਗੁਰਦੁਆਰੇ ਵਿੱਚ ਪਾਠੀ ਵਜੋਂ ਸੇਵਾ ਨਿਭਾ ਰਿਹਾ ਸੀ ਅਤੇ ਆਪਣੀ ਅਧਿਆਪਕਾ ਭੈਣ ਨੂੰ ਸਕੂਲ ਛੱਡਣ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ, ਜਿਸ ਦੌਰਾਨ ਉਸਦੇ ਨਾਲ ਇਹ ਹਾਦਸਾ ਵਾਪਰਿਆ। ਟਾਂਡਾ ਪੁਲਿਸ ਨੇ ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੇ ਇਲਜ਼ਾਮ ਵਿੱਚ 2 ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਗਰਾ ਨੇ ਦੱਸਿਆ ਕਿ ASI ਕੁਲਦੀਪ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਰਹਿਮਤ ਅਲੀ ਅਤੇ ਆਸ਼ੂ ਦੇ ਤੌਰ 'ਤੇ ਹੋਈ ਹੈ। ਉਹਨਾਂ ਕਿਹਾ ਕਿ ਇਹਨਾਂ ਮੁਲਜ਼ਮਾਂ ਕੋਲੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਟਾਂਡਾ ਬਲਾਕ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੀ ਗੱਲ ਕਬੂਲੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਵਿੱਚ ਦਿੱਤੇ ਜਾ ਰਹੇ ਰੋਸ ਧਰਨਿਆਂ ਦੀ ਲੜੀ ਤਹਿਤ 30 ਸਤੰਬਰ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਅੱਗੇ ਰੋਸ ਧਰਨਾ ਦਿੱਤਾ ਜਾ ਰਿਹਾ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ ਦੀ ਅਗਵਾਈ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਨੇ ਕਿਹਾ ਕਿ ਇਸ ਰੋਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਕੇ ਵਰਕਰਾਂ ਨੂੰ ਸੰਬੋਧਨ ਕਰਨਗੇ ਅਤੇ ਲੋਕ ਮੁੱਦਿਆਂ ਨੂੰ ਉਜਾਗਰ ਕਰਨਗੇ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪੱਧਰ 'ਤੇ ਧਰਨੇ ਨੇ ਜਿਹੜੇ ਉਹ ਮੌਜੂਦਾ ਸਰਕਾਰ ਦੇ ਖਿਲਾਫ ਸ਼ੁਰੂ ਕੀਤੇ ਨੇ। ਉਸ ਤਹਿਤ 30 ਤਰੀਕ ਨੂੰ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਇਹ ਧਰਨਾ ਜਿਹੜਾ ਉਹ ਲੱਗਣਾ, ਔਰ ਇਹਦੇ ਵਿੱਚ ਜਿਹੜੀਆਂ ਕੀਮਤਾਂ ਵਧਾਈਆਂ, ਚਾਹੇ ਉਹ ਡੀਜ਼ਲ ਦੀ ਹੈ, ਪੈਟਰੋਲ ਦੀ ਹੈ, ਬਿਜਲੀ ਦੀ ਜਿਹੜੀ ਰਿਆਇਤ ਪਹਿਲਾਂ ਦੇ ਕੇ ਬਾਅਦ 'ਚ ਵਾਪਸ ਲਈ ਹੈ,
ਲਾਅ ਐਂਡ ਆਰਡਰ ਹੈ ਔਰ ਮੇਨ ਸਮੱਸਿਆ ਜਿਹੜੀ ਅੱਜ ਪੈਡੀ ਦੀ ਆਉਣੀ ਹੈ ਜੀਰੀ ਦੀ ਸੀਜ਼ਨ ਸ਼ੁਰੂ ਹੋਣ ਵਾਲਾ ਔਰ ਸਰਕਾਰ ਦੀ ਕੋਈ ਤਿਆਰੀ ਨਹੀਂ ਕੁਛ ਨਹੀਂ ਉਹਦੇ ਵਿੱਚ ਜ਼ਿਮੀਂਦਾਰਾਂ ਨੂੰ ਬਹੁਤ ਵੱਡੀ ਜਿਹੜੀ ਦਿੱਕਤ ਹੈ ਉਹ ਪੇਸ਼ ਆਉਣ ਜਾ ਰਹੀ ਹੈ ਔਰ ਉਦੋਂ ਵੱਡੀ ਜਿਹੜੀ ਗੱਲ ਹੈ ਉਹ ਸੜਕਾਂ ਦੀ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸ਼ਹੀਦੀ ਜੋੜ ਮੇਲਾ ਨੇੜੇ ਆਉਣ ਵਾਲਾ ਪਿਛਲੇ ਸਾਲ ਵੀ ਜਿਹੜਾ ਸਮੁੱਚਾ ਸਭਾ ਆ ਉਹ ਸੜਕਾਂ ਦੀ ਰਿਪੇਅਰ ਤੋਂ ਬਗੈਰ ਲੰਘ ਗਈ ਆਏ ਮੰਤਰੀ ਆਏ ਮੁੱਖ ਮੰਤਰੀ ਆਏ ਉਹਨਾਂ ਦੇ ਘਰੋਂ ਆਏ ਹਮੇਸ਼ਾ ਜਿਹੜਾ ਵੀ ਲੀਡਰ ਇੱਥੇ ਆਉਂਦਾ ਰਿਹਾ ਮੌਜੂਦਾ ਸਰਕਾਰ ਦਾ ਮੌਜੂਦਾ MLA ਜ਼ਿਲ੍ਹੇ ਦੇ 3 ਦੇ 3 ਕਿਸੇ ਦੇ ਸਿਰ 'ਤੇ ਜੂੜ ਨਹੀਂ ਸਰਕੀ ਔਰ ਜਿਹੜਾ ਸੜਕਾਂ ਦਾ ਹਾਲ ਹੈ ਉਹ ਦਿਨੋਂ ਦਿਨ ਮਾੜਾ ਹੁੰਦਾ ਜਾ ਰਿਹਾ ਬਾਥਰੂਮ ਸੀ ਜਿਹੜੇ ਉਹ ਸ਼ੁਰੂ ਕਰਤੇ ਇਨਕੰਪਲੀਟ ਬਾਥਰੂਮ ਪਏ ਨੇ ਜਿੱਥੇ ਐਲਾਨ ਕੀਤਾ ਸੀ ਵੀ ਅਸੀਂ 24-24 ਫੁੱਟ ਚੌੜੀਆਂ ਸੜਕਾਂ ਨੇ ਜਿਹੜੀਆਂ ਸ਼ਹੀਦਾਂ ਦੀ ਧਰਤੀ ਨੂੰ ਜਿੰਨੀਆਂ ਵੀ ਸੜਕਾਂ ਲਿੰਕ ਆਉਂਦੀਆਂ ਨੇ ਉਹ ਬਣਾਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪਾਰਟੀ ਨੇ ਫੈਸਲਾ ਕੀਤਾ ਹੈ ਜ਼ਿਲ੍ਹਾ ਲੈਵਲ 'ਤੇ ਅਸੀਂ ਧਰਨੇ ਦੇਵਾਂਗੇ ਔਰ ਇੱਕ DC ਨੂੰ ਮੈਮੋਰੈਂਡਮ ਦੇਵਾਂਗੇ ਜਿਹੜਾ ਪੰਜਾਬ ਸਰਕਾਰ ਤੱਕ ਪਹੁੰਚ ਜਿਹਦੀ ਹੋ ਸਕੇ ਬੀਤੇ ਦਿਨੀ ਜਲੰਧਰ ਦੇ ਓਲਡ ਰੇਲਵੇ ਰੋਡ ਉੱਤੇ ਜੈਨ ਆਈਸ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਫੈਕਟਰੀ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅੱਜ ਦੁਬਾਰਾ ਫਿਰ ਪੋਲਿਊਸ਼ਨ ਬੋਰਡ ਅਤੇ ਲੇਬਰ ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ ਜੈਨ ਆਈਸ ਫੈਕਟਰੀ ਵਿੱਚ ਦਬਿਸ਼ ਦਿੱਤੀ ਗਈ ਅਤੇ ਜਿਹੜੀਆਂ ਪਾਈਪਾਂ ਵਿੱਚ ਅਮੋਨੀਆ ਗੈਸ ਬਚੀ ਹੋਈ ਸੀ ਉਸ ਨੂੰ ਡਰੇਨ ਆਊਟ ਕੀਤਾ ਗਿਆ ਤਾਂ ਜੋ ਮੁੜ ਤੋਂ ਗੈਸ ਫੈਲਣ ਦਾ ਖਤਰਾ ਨਾ ਰਹੇ ਲੇਬਰ ਡਿਪਾਰਟਮੈਂਟ ਦੇ ਡਿਪਟੀ ਡਾਇਰੈਕਟਰ ਗੁਰਜੰਟ ਗਰੇਵਾਲ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਸਾਡੀ ਟੀਮਸ ਆਈਆਂ ਇੱਥੇ ਆਪਾਂ ਸਿਰਫ ਇੱਥੇ ਜਿਹੜੀ ਗੈਸ ਅਮੋਨੀਆ ਗੈਸ ਵਿੱਚ ਪਾਈਪਲਾਈਨਸ ਜਾਂ ਪਲਾਂਟ ਦੇ ਵਿੱਚ ਹੈਗੀ ਹੈ ਉਹ ਹੀਟ ਨਾਲ ਐਕਸਪੈਂਡ ਹੋ ਕੇ ਲੀਕ ਨਾ ਹੋਵੇ ਇਸ ਕਰਕੇ ਉਹਨੂੰ ਆਪਾਂ ਕੱਢਣ ਵਾਸਤੇ ਆਏ ਸਰ ਹੋਰ ਇੱਥੇ ਕੋਈ ਆਪਾਂ ਕੋਈ ਹੋਰ ਪਰਪਸ ਨਹੀਂ ਹੈਗਾ ਜਲੰਧਰ ਵਿੱਚ ਨਗਰ ਨਿਗਮ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵੱਖ ਵੱਖ ਟੀਮਾਂ ਵੱਲੋਂ ਸ਼ਹਿਰ ਵਿੱਚ ਸਫਾਈ ਮੁਹਿੰਮ ਚਲਾਈ ਗਈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹਾਂ ਮੇਨਕਾ ਨੇ ਦੱਸਿਆ ਕਿ ਵੱਖ ਵੱਖ ਖੇਤਰਾਂ ਵਿੱਚ ਸਫਾਈ ਨੂੰ ਲੈ ਕੇ ਮੁਹਿੰਮ ਚਲਾਈ ਗਈ ਹੈ ਜਿਸ ਦੀ ਲੋਕਾਂ ਨੇ ਕਾਫੀ ਸ਼ਲਾਘਾ ਕੀਤੀ ਹੈ ਉਹਨੇ ਕਿਹਾ ਕਿ ਇਸ ਮੌਕੇ ਲੋਕਾਂ ਨੂੰ ਸਫਾਈ ਬਾਬਤ ਜਾਗਰੂਕ ਕੀਤਾ ਗਿਆ ਨਗਰ ਨਿਗਮ ਦੇ ਅਧਿਕਾਰੀ ਨੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਵੀ ਮੁਹਿੰਮ ਚਲਾਈ ਹੈ ਜਲੰਧਰ ਦੇ ਕੋਟ ਸਦੀਕ ਵਿੱਚ ਲੁਟੇਰਿਆਂ ਨੇ ਮਹਿਲਾ ਪੁਲਿਸ ਕਰਮੀ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਉਸਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਈ ਪੀੜਤ ਦੀ ਮਾਤਾ ਨੇ ਦੱਸਿਆ ਕਿ ਜਦੋਂ ਉਸਦੀ ਲੜਕੀ ਰਾਜਵੰਤ ਕੌਰ ਘਰ ਦੇ ਅੰਦਰ ਸਕੂਟੀ ਲਗਾਉਣ ਜਾ ਰਹੀ ਸੀ ਤਾਂ ਅਚਾਨਕ ਆਏ ਦੋ ਸਨੈਚਰਾਂ ਨੇ ਉਸਦੇ ਗਲੇ ਵਿੱਚ ਪਾਈ 3 ਤੋਲੇ ਸੋਨੇ ਦੀ ਚੈਨ ਖੋਹ ਲਈ ਅਤੇ ਫਰਾਰ ਹੋ ਗਈ ਉਧਰ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ ਗੁਰਦਾਸਪੁਰ ਦੇ ਕਸਬਾ ਕਾਨੂੰਵਣ ਵਿੱਚ ਇੱਕ ਬਜ਼ੁਰਗ ਔਰਤ ਨੂੰ ਉਸਦੇ ਪੋਤਰਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਬਜ਼ੁਰਗ ਮਹਿਲਾ ਪਿਛਲੇ 4 ਦਿਨਾਂ ਤੋਂ ਗਲੀ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਦੀ ਨਜ਼ਰ ਆਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਠਾਕੁਰ ਅਫਤਾਬ ਸਿੰਘ ਨੇ ਦੱਸਿਆ ਕਿ ਕਾਨਵੈਂਟ ਸਕੂਲ ਦੇ ਨੇੜੇ ਰਹਿੰਦੀ 85 ਸਾਲਾ ਬਜ਼ੁਰਗ ਔਰਤ ਕਮਲੋ ਦੇਵੀ ਨੂੰ ਉਸਦੇ 3 ਪੋਤਰਾਂ ਨੇ ਘਰ ਦੇ ਆਪਸ ਵਿੱਚ ਵੰਡ ਕਰਨ ਤੋਂ ਬਾਅਦ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਕਮਲੋ ਦੇਵੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਉਹਨਾਂ ਕਿਹਾ ਕਿ ਪਹਿਲਾਂ ਵੀ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਰਾਜੀਨਾਮਾ ਕਰਵਾਇਆ ਗਿਆ ਪਰ ਪੁੱਤਰਾਂ ਨੇ ਉਸਦੀ ਪਰਵਾਹ ਨਹੀਂ ਕੀਤੀ ਅਤੇ ਆਪਣੀ ਮਾਂ ਨੂੰ ਮੁੜ ਤੋਂ ਘਰੋਂ ਬਾਹਰ ਕੱਢ ਦਿੱਤਾ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਦਖਲ ਦਿੱਤਾ ਅਤੇ ਮਾਤਾ ਨੂੰ ਫਿਰ ਤੋਂ ਘਰ ਅੰਦਰ ਰੱਖੇ ਜਾਣ ਲਈ ਉਸਦੇ ਪੁੱਤਰਾਂ ਨੂੰ ਸਹਿਮਤ ਕੀਤਾ ਹੈ ਥੋੜ੍ਹੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂੰਹਾਂ ਉਹਦੇ ਨਾਲ ਲੜਦੀਆਂ ਅਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਅਤੇ ਘਰ ਨੂੰ ਜਿੰਦਰਾ ਮਾਰਤਾ ਸੀਗਾ ਅਤੇ ਮੌਕੇ 'ਤੇ ਮੁਲਾਜ਼ਮ ਭੇਜੇ ਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜਿੰਦਰਾ ਖੁਲਵਾ ਕੇ ਅੰਦਰ ਵਾੜਤਾ ਉਹਨਾਂ ਦਾ ਰਾਜੀਨਾਮਾ ਕਰਾਤਾ ਸੱਦੀਆਂ ਜਾਂ ਦੋਨੇ ਪਾਰਟੀਆਂ ਥਾਣੇ ਜੋ
ਗੱਲ ਸਾਹਮਣੇ ਆਈ, ਤੁਹਾਨੂੰ ਬਾਅਦ 'ਚ ਦੱਸਦਾਂਗੇ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ। ਧੰਨਵਾਦ।